ਆਪਣੇ ਕਿਹਦਾ ਤਾਂ ਫਿਰ ਔਖਾ ਜੀ, ਉਹਦੀ ਘਰ ਵਾਲੀ ਨੂੰ ਖੜੇ ਸੀਟ ਦੇ ਦਿੱਤੀ ਜੀ, ਉਹਨੇ ਬਥੇਰੀਆਂ ਚੁੰਨੀਆਂ ਬਟਾਈਆਂ, ਉਦੋਂ ਬਾਅਦ ਪੁੱਛੇ ਹੀ ਨਹੀਂ, ਉਦੋਂ ਆ ਕੇ ਹਰੇਕ ਬੁੜੀ ਨਾਲ ਤਾਂ ਚੁੰਨੀਆਂ ਬਟਾ ਲੈਂਦੀ ਸੀ, ਝੋਲੇ ਭਰੀ ਫਿਰਦੀ ਸੀ। ਇਹ ਤਾਂ ਲੋਕਾਂ ਨੂੰ ਅਮਲੀ ਬਣਾ ਤਾ ਇਹਨਾਂ ਨੇ, ਕੰਮ ਕਰਨ ਤੋਂ ਵਿਹਲੇ ਕਰਤੇ। ਕਾਂਗਰਸ ਅੱਗੇ ਰਾਜੇ ਵੜਿੰਗ ਨੂੰ ਅਸੀਂ ਅੱਗਰੀ ਦਾ ਜ਼ੋਰ ਲਾਇਆ, ਉਹਦੇ ਮਗਰ ਮੁੜ ਕੇ ਆ ਕੇ ਵੀ ਨਹੀਂ ਖੜ੍ਹਾ ਇੱਥੇ ਉਹ, ਨਾਲੇ ਮੰਤਰੀ ਬਣ ਗਏ ਸੀ। ਉਦੋਂ ਬਾਅਦ ਅਸੀਂ ਪਿੰਡ ਦੇ ਕੰਮ ਖਾਤਰ 25 ਵਾਰੀ ਗਏ, ਕੋਈ ਕੰਮ ਸੀ ਪਿੰਡ ਦਾ ਅਤੇ ਸਾਨੂੰ ਜਮਾਂ ਨੇੜੇ ਹੀ ਨਹੀਂ ਲੱਗਣ ਦਿੱਤਾ ਉਹਨੇ। ਇਹ ਜਿਹੜੀਆਂ ਮੁਫਤ ਦੀਆਂ ਰਿਉੜੀਆਂ ਬੰਦ ਹੈ ਨਾ, ਇਹ ਗਲਤ ਹੈ। ਵਿਰੋਧੀ ਦੀ ਤਾਂ ਇਹ ਨਿਭਾ ਹੀ ਨਹੀਂ ਰਹੇ ਭੂਮਿਕਾ, ਜਿਹੜੀ ਨਿਭਾਉਣੀ 'ਚ ਇਕੱਲਾ ਖਹਿਰਾ ਬੋਲਦਾ, ਬਸ ਜਿਹੜਾ ਬੋਲਦਾ ਮਾੜਾ ਮੋਟਾ। ਮੇਰੇ ਕੋਲ 3 ਮੋਟਰਾਂ ਹੈ, ਰੋਜ਼ ਰਾਤ ਨੂੰ ਤੋਰੀ ਫਿਰਦੇ ਸੀ, ਲਾਈਟ ਆਉਂਦੀ ਹੈ ਵਾਧੂ, ਦਿਨੇ ਲਾਇਆ ਉਹਨੇ ਆ, ਮੈਨੂੰ ਤਾਂ ਵਧੀਆ। ਰਾਜਾ ਵੜਿੰਗ ਤਾਂ ਬਸ ਆਪਦੀ ਪ੍ਰਧਾਨਗੀ ਵਜਾਉਂਦਾ ਇਕੱਲੀ, ਅਤੇ ਜੇ ਬੋਲੇ ਉਹਨਾਂ ਮੂਹਰੇ ਬੜਾ ਸਿਰ ਤਾਂ ਚੱਕੇ ਉਹਦੇ ਮੂਹਰੇ, ਉਹਦੀ ਉਹ ਕਹਿੰਦਾ ਵੀ ਆ ਜਾ ਵਾਡੀਆਂ, ਹੁਣੀ ਬੋਲਿਆ ਤਾਂ ਸੀ ਵਿਧਾਨ ਸਭਾ 'ਚ। ਇਸ ਵਕਤ ਲੋਕ ਸਭਾ ਬਠਿੰਡਾ ਦੇ ਵਿੱਚ ਮੌਜੂਦ ਹਾਂ, ਬਠਿੰਡਾ ਦਿਹਾਤੀ ਦੇ ਪਿੰਡ ਨੇ ਬਾਪੂ ਬੈਠੇ ਮੇਰੇ ਨਾਲ ਗੱਲਬਾਤ ਕਰਦੇ ਹਾਂ ਕਿ ਸਰਕਾਰ ਕਹਿੰਦੀ ਹੁੰਦੀ ਸੀ ਕਿ ਸੱਥਾਂ 'ਚ ਚੱਲਿਆ ਕਰੂੰਗੀ, ਕਿ ਸਰਕਾਰ ਬਾਕੀ ਸੱਥਾਂ 'ਚ ਚੱਲਦੀ ਹੈ, ਪਿੰਡਾਂ ਦੇ ਕੰਮ ਕੁੰਮ ਹੋਏ ਨੇ। ਬਾਪੂ ਜੀ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ। ਵਧੀਆ, ਤੰਦਰੁਸਤ ਹੋ? ਪੂਰਾ ਲਾਈ ਦੇ ਫਿਰ ਛੁੱਟੀ ਵਾਸਤੇ? ਅੱਛਾ, ਕਿਉਂ ਅੱਜ ਕਿਵੇਂ? ਬਾਪੂ ਕੀ ਹਾਲ ਹੂੜਾ ਫਿਰ ਵੋਟਾਂ ਦਾ? ਵੋਟਾਂ ਦਾ ਮੌਕੇ ਭਲ ਗਏ, ਕਹਿ ਰਹੇ ਆ ਵੋਟਾਂ ਨਾਲ ਕਹਿੰਦੇ ਕਿ ਨਹੀਂ ਪਾਉਂਦੇ ਉਹਨੂੰ। ਆਮ ਆਦਮੀ ਪਾਰਟੀ ਪਾਉਣਗੇ? ਨਹੀਂ ਨਾ, ਨਹੀਂ ਪਾਉਂਦੇ। ਕਾਰਨ ਡੱਕਾ ਕਰੀ ਲੈਣੇ, ਲਾ ਕੇ ਝੂਠ ਮਾਰ ਕੇ ਭੱਜ ਗਿਆ 1000 ਰੁਪਏ ਧਾਰੇ ਦਾ। ਹਾਂ, ਉਹ ਦਿਖਾਈ ਤਾਂ 3.5 ਕਰੋੜ ਦਾ ਵਾਦੀ ਹੈ, ਅਤੇ ਦਿਖਾਈ ਜਾਂਦਾ ਜੀ ਤੜਕੇ ਉਹ ਵੀ 11 ਕਰੋੜ ਮਹਿਲਾ ਹਾਲਾ ਲੈ ਰਹੀਆਂ ਬੱਸਾਂ ਦਾ, ਅਤੇ 11 ਕਰੋੜ ਕਿੱਥੋਂ ਆ ਗਈਆਂ ਮਹਿਲਾ, ਅਤੇ 3 ਕਰੋੜ ਤਾਂ ਵਾਦੀ ਸਾਰੇ ਪੰਜਾਬ ਦੀ, ਅਤੇ 11 ਕਰੋੜ ਵਾਦੀ ਕਿੱਥੋਂ ਆ ਗਈ? ਵੀ 11 ਕਰੋੜ ਵਾਦੀ ਕਿੱਥੋਂ ਆ ਗਈ? 3.5 ਕਰੋੜ ਤਾਂ ਵਾਦੀ ਹੈ ਪੰਜਾਬ ਦੀ, ਅਤੇ 11 ਕਰੋੜ ਕੇ ਵਾਦੀ ਮਹਿਲਾ ਲੈ ਰਹੀਆਂ ਲਾਹ ਬੱਸਾਂ ਦਾ। ਸੜਕਾਂ ਮੁੜ ਕੇ ਤਾਂ ਜਾ ਕੇ ਦੇ ਲਓ, ਕੋਈ ਕੁਛ ਨਹੀਂ ਕੀਤਾ। ਮੈਨੂੰ ਤੁਹਾਡੇ ਨਾਲ 2 ਵਾਰ ਠੱਗੇ ਠੁੱਗੇ ਮਹਿਸੂਸ ਹੋ ਗਏ, ਪਹਿਲਾਂ ਪੂਰਾ ਵੋਟਾਂ ਪਾਈਆਂ, ਤੇਲ ਪਚਾ ਕੇ ਸਹੀ, ਆਹ ਮੇਰਾ ਭਾਈ ਕਾਂਗਰਸ ਸੀ, ਮੈਂ ਝਾੜੂ ਵਾਲਾ ਵੱਡਾ ਝੰਡਾ ਲਿਆ, ਲੜ ਪਿਆ ਫਿਰ ਪੁੱਛ ਲਾ ਸਕਦੇ ਨੂੰ। ਹਾਂ, ਇਹ ਕਾਂਗਰਸ ਸੀਗਾ, ਮੈਂ ਝਾੜੂ ਸੀਗਾ, 2 ਵਾਰੀ ਪੂਰਾ ਵੋਟਾਂ ਪਾਈਆਂ, ਚ ਝੰਡੇ ਲਾ ਕੇ ਮੁੜ ਕੇ ਕੁਛ ਕਰੇ। ਇਹਨੂੰ ਇੱਧਰ ਲਿਆਉਂਦਾ ਸੀ? ਨਾ, ਇਹ ਤਾਂ ਕਿੱਥੋਂ ਆਇਆ, ਇਹ ਤਾਂ ਇਹ MSC ਸੀ, ਮੈਂ ਦੂਜਾ ਸੀ, ਫਿਰ ਉਹ ਤਾਂ ਨਹੀਂ ਕਰਿਆ ਸੀ। ਉਹ ਸਰਕਾਰ ਨੇ ਵਾਅਦੇ ਵੂਦੇ ਬਹੁਤ ਕੀਤੇ ਸੀ, ਕਰੇ ਤਾਂ ਬਹੁਤ ਸੀ। ਬਦਲਾਅ ਦੀ ਗੱਲ ਕਰਦੇ ਬਾਪੂ, ਬਦਲਾਅ ਆ ਪਿਛਲੀਆਂ ਸਰਕਾਰਾਂ ਦੇ, ਸਰਕਾਰਾਂ ਦਾ ਕੁਛ ਕੁਛ ਤਾਂ ਚੰਗਾ ਜਾਂ ਕੋਈ ਮਾੜਾ, ਇੰਨਾ ਸਾਰਾ ਵੀ ਚੰਗਾ ਸਾਰਾ ਮਾੜਾ ਵੀ। ਐਤਕੀ ਕੀ ਵੈਸੇ ਕੀ ਲੱਗਦਾ ਮਾਹੌਲ ਬਠਿੰਡੇ ਤੋਂ? ਬਠਿੰਡੇ ਤੋਂ ਕੀ ਪਤਾ ਲੱਗਦਾ ਜੀ ਲੋਕਾਂ ਦਿਲਾਂ 'ਚ ਕੀ ਹੈ ਜੀ? ਉਹ ਮੁੱਕਰਵਾ ਜਾਂਦਾ ਨਾ, 2 ਘੰਟੇ ਬਾਅਦ ਮੁੱਕਰ ਜਾਂਦਾ, ਪਹਿਲਾਂ ਹੁਣ ਪਹਿਲਾਂ ਕਹਿੰਦਾ ਮੰਡੀ ਉਹਨੂੰ ਦੇ ਦਿੱਤੀ ਕਣਕ, ਦੇਵਾਂਗੇ ਉਹਨੂੰ ਸਿੱਧੀ ਡਾਲੀਆਂ ਨੂੰ, ਅਤੇ 10 ਦਿਨਾਂ ਬਾਅਦ ਫਿਰ ਵਾਪਸ ਲੈ ਲਈ, ਕਿ ਮੈਂ ਹੁਣ ਨਹੀਂ ਮੰਡੀ 'ਚ ਚਕਾਊਂਗਾ। ਅੱਛਾ, ਮੁੱਕਰ ਜਾਂਦਾ ਹੈ, ਪਤਾ ਨਹੀਂ ਲੱਗਦਾ ਵਾਪਸ ਲੈਣ ਦਾ ਨਾ, ਵਾਪਸ ਲੈ ਪਹਿਲਾਂ ਪੰਚਾਇਤੀ ਵੋਟਾਂ ਕਰਕੇ ਲਾਉਣ, ਅਤੇ ਕੋਰਟ ਨੇ ਫਿਰ ਵਾਪਸ ਕਰਾਈਆਂ, ਫਿਰ ਵਾਪਸ ਲੈ ਲਈਆਂ, ਫਿਰ ਕੀ ਕਰੂੰ? ਤੂੰ ਇੰਨੀ ਗਿਆਨ ਰੱਖਦਾ, ਮਾੜਾ ਮੋਟਾ ਤਾਂ ਪਤਾ ਲੱਗ ਹੀ ਜਾਂਦਾ ਕਿ ਬਠਿੰਡੇ ਤੋਂ ਹਵਾ ਕਿਹਦੀ ਹੈ। ਹਵਾ ਤਾਂ ਜੀ ਪਤਾ ਨਹੀਂ ਮੌਕੇ ਵੱਲੋਂ ਕਿਹਦੀ ਹੈ ਜੀ। ਝਾੜੂ ਦਾ ਕਿਵੇਂ? ਝਾੜੂ ਆ ਹੀ ਨਹੀਂ ਸਾਡੇ ਕੋਈ, ਗਰਮੀ ਖੁੱਟੀਆਂ ਦਾ ਖੜਾ ਹੋ ਗਿਆ, ਖੜਾ ਤਾਂ ਹੋਇਆ ਹੀ ਨਹੀਂ ਕੋਈ ਪਿੰਡ 'ਚ, ਜੇ ਆਊਗਾ ਫਿਰ ਪਤਾ ਲੱਗੂ ਕਿਹਦਾ ਕੀ ਬਣਦਾ।
ਤੇ ਪਹਿਲਾਂ ਐਮ ਐਲ ਏ ਤਾਂ ਹੈਗੇ ਅੰਮ੍ਰਿਤਸਰ ਤੋਂ ਨਾ, ਉਹ ਆਇਆ ਕਿਤੇ ਨਾ, ਮੈਂ ਤਾਂ ਦੇਖਿਆ ਨੀ ਕਿਤੇ, ਨਾ ਕਿਤੇ ਭੋਗ ਤੇ ਨਾ ਵਿਆਹ ਤੇ। ਬਾਪੂ ਪੈਨਸ਼ਨਾਂ ਪੁਨਸ਼ਨਾਂ ਵਧੀਆ ਫਿਰ ਕੀ ਬਾਪੂ? ਉਸ ਦਿਨ ਪਹਿਲਾਂ ਨੀ ਵੱਜੀ, ਹੁਣ ਤਾਂ ਕੀ ਵੱਜੂਗੀ? ਸਰਕਾਰ ਕਹਿੰਦੇ ਸੀ ਪੈਨਸ਼ਨ 2500 ਕਰ ਦੇ, ਉਹਦਾ ਗੁਜ਼ਾਰਾ ਤਾਂ ਭਰਿਆ ਕਿ ਸਰ ਸਰਕਾਰ ਕੋਲ, ਇਹਦੇ ਕੋਲ ਦੂਜੀ ਕੋਈ ਸਰਕਾਰ ਕੋਲ ਵਿਹਲਾ ਸੀ, ਪਰ ਬੱਚ ਨਹੀਂ ਬੱਝੀ ਸਾਡੀ ਹਾਲੇ ਕੁਛ, ਪਰ ਆਇਆ ਕੁਛ ਨਹੀਂ, ਕਿਹੜੇ ਬਿਨਾਂ ਵਧਾ ਕੀਤਾ ਵੀ 1000 ਰੁਪਏ ਦੇਵਾਂਗੇ ਮਾਈ ਨੂੰ, ਕੁਛ ਨਹੀਂ ਆਇਆ ਉਹ। ਸਰਕਾਰ ਕਹਿੰਦੀ ਕੰਮ ਬਹੁਤ ਵਧੀਆ ਕਰਤੇ ਸੀ, ਕਰੀ ਜਾਂਦੀ ਹੈ ਕੰਮ, ਲਾਈਟ ਬਹੁਤ ਹੁੰਦੀ ਸਾਡੇ, ਬਿਜਲੀ ਬਹੁਤ ਹੁੰਦੀ ਨਹੀਂ, ਠੀਕ ਹੈ ਕਿਹੜੀ ਗੱਲ ਕਹਿਣਾ, ਲਾਈਟ ਬੰਦ ਕਰਾਉਣੇ ਪਏ ਕਿ ਲਾਈਟ, ਹਰੇ ਅਸੀਂ ਲਾਈਟ 'ਤੇ ਖੁਸ਼ ਹੋਏ ਬੈਠੇ। ਰੁਜ਼ਗਾਰ ਵੀ ਕੀ ਦੇਤਾ ਕਹਿੰਦੇ, ਰੁਜ਼ਗਾਰ ਨੌਕਰੀ ਨਾਕਰੀ ਦੇਤਾ ਸਾਡੇ ਤੱਕ, ਤੁਸੀਂ ਮਿਲਿਆ ਨਹੀਂ ਜਵਾਕ ਨੂੰ? ਅਤੇ ਬਾਪੂ ਕੋਈ ਫਰਕ ਫੁਰਕ ਲੱਗਿਆ ਪਿਛਲੀਆਂ ਸਰਕਾਰਾਂ ਦੇ ਸਰਕਾਰ 'ਚ ਕੋਈ? ਬਈ ਮਗਲੀਆਂ ਸਰਕਾਰਾਂ ਨੇ ਦੋਵਾਂ ਨੇ ਕੁਝ ਕੀਤਾ ਸੀ, ਇਹ ਬੱਜੀ ਵੀ ਸਹੀ ਸਰਕਾਰ 'ਤੇ ਬਣ ਗਿਆ ਇਹ, ਇਹਨੇ ਕੁਛ ਨਹੀਂ ਕੀਤਾ, ਕਰੇ ਭਾਵਾਂ ਕੁਛ ਕਰੂਗਾ ਉਹਦਾ, ਬਈ ਬਹੁਤ ਕੁਛ ਕੀਤਾ ਦੋਵਾਂ ਸਰਕਾਰਾਂ ਨੇ, ਇਹਨੇ ਹਲੇ ਕੁਛ ਨਹੀਂ ਕੀਤਾ, ਕਰੂਗਾ ਹਲੇ, ਅਦਾ ਮੈਂ ਕਰੂੰਗਾ। ਕਿਉਂ ਕੀ ਲੱਗਦਾ ਬਾਪੂ ਵੀ ਕਾਂਗਰਸ ਜਿੱਤੂ ਕੇ ਅਕਾਲੀ ਦਲ ਲੈ ਜੂ ਕੇ ਆਜ਼ਾਦ ਵੀ ਲੱਖਾਂ ਸਾਰਾ ਖੜਾ ਹੋਇਆ ਫਿਰ? ਇਹ ਨਹੀਂ ਕਹਿ ਸਕਦੇ ਕਿ ਜਿੱਤੂ, ਇਹ ਤਾਂ ਲੋਕਾਂ ਨੇ ਕਰਨਾ, ਜਨਤਾ ਨੇ ਕਰਨਾ ਕਿਤੇ, ਹਾਂ ਜਨਤਾ ਨੇ, ਕੰਮ ਦੇ ਆਧਾਰ 'ਤੇ ਵੋਟਾਂ ਦਾ ਪਤਾ ਲੱਗ ਜਾਂਦਾ ਨਾ ਬਾਪੂ ਮਨ ਜੇ ਦਾ, ਹਾਂ ਨਹੀਂ ਜਨਤਾ ਨੇ ਕਰਨਾ ਬਈ, ਆਪਾਂ ਤਾਂ ਕੁਛ ਕਹਿ ਨਹੀਂ ਸਕਦੇ ਬਾਰੇ, ਪਰ ਲਾਈਟ ਸਾਨੂੰ ਬਹੁਤ ਦਿੱਤੀ ਹੈ, ਲਾਈਟ ਦਾ ਪਾਣੀ ਮੁਕਾ ਦੂ ਚੱਲਿਓ, ਇਹ ਪਾਣੀ ਮੁੱਕ ਜੂ ਚੱਲਿਓ, ਪਾਣੀ ਵੀ ਮੁੱਕ ਜੂ ਚੱਲਿਓ, ਪਹਿਲਾਂ ਸਿਕਾਇਆ ਬਹੁਤ ਪਕਾ ਦੀ ਪਾਣੀ ਮੁੱਕ ਜੂਗਾ, ਹੁਣ ਪਾਣੀ ਮੁੱਕ ਜੂ, ਮੈਂ ਤਾਂ ਡਰਦਾ ਜੀ ਪਾਣੀ ਨਾ ਮੁੱਕ ਜੇ, ਫਿਰ ਜੇ ਲਾਈਟ ਨਹੀਂ ਫਿਰ ਪਾਣੀ ਮੁੱਕ ਨਾ ਜਾਊ, ਉਹ ਨਹੀਂ ਕੋਈ ਪਤਾ ਹੀ ਗਾ ਜਾ, ਉਹ ਕੋਈ ਪਤਾ ਨਹੀਂ ਮੁੱਕ ਵੀ ਲੱਗਦਾ ਹੈ। ਹਾਂਜੀ ਬਾਪੂ, ਹੋਰ ਫਿਰ ਠੀਕ ਠਾਕ? ਬਹੁਤ ਵਧੀਆ ਜੀ, ਫਿਰ ਠੀਕ ਹੈ। ਅੱਛਾ ਕੀ ਲੱਗਦਾ ਬਾਪੂ ਐਤਕੀ ਬਠਿੰਡੇ ਤੋਂ ਮਾਹੌਲ, ਫਿਰ ਤੁਸੀਂ ਤਾਂ ਮਾਹੌਲ ਤਾਂ ਡਾਵਾਂ ਡੋਲ ਹੈ ਜੀ, ਹਾਂ ਲੋਕ ਦੂਜੀ ਤੀਜੀ ਪਾਸੇ ਪਏ, ਪਹਿਲਾਂ ਅਜਵਾ ਕੇ ਦੇਖ ਲਾ, 2 ਸਾਲ ਹੋ ਗਏ ਆ, ਕੁਛ ਨਹੀਂ ਹੋਇਆ, ਬਦਲਾਅ ਨੇ ਕੁਛ ਕੀਤਾ ਨਹੀਂ? ਨਹੀਂ ਕੀਤਾ, ਨਾਲੇ ਕਹਿੰਦੇ ਬਦਲਾਅ ਆ ਗਿਆ, ਬਦਲਾਅ ਤਾਂ ਗੱਲਾਂ ਬਾਤਾਂ 'ਚ ਹੀ ਹੋਇਆ। ਤੈਨੂੰ ਨਹੀਂ ਮੰਗਣਾ ਜਿੱਥੇ ਮੈਂ ਇਰਾਦਾ, ਕਹਿੰਦਾ ਆਏ ਸੁਣਾਉਂਦਾ, ਨਹੀਂ ਮੈਂ ਗਾਣਾ ਮੈਂ ਸੁਣਾਉਣਾ, ਕਿਹੜਾ ਇੱਕ ਬੰਦਮਾ ਨੇ ਗਾਣਾ ਸੁਣਾ, ਮੈਂ ਤੁਹਾਨੂੰ ਦੋ ਕੁ ਟੱਪੇ ਯਾਦ ਆ ਮੇਰੇ, ਜੇ ਭੁੱਲ ਗਿਆ ਜੂਜੇ ਮੈਂ ਗਾਣੇ ਦਾ ਕੰਮ ਠੀਕ ਹੋ ਜਾਂਦਾ ਬਾਬਾ? ਹਾਂਜੀ, ਗਾਣੇ ਸੁਣਾਉਣ ਦਾ ਕੰਮ ਬਣ ਜੂ ਸਾਰਾ? ਨਾ ਹਜੇ ਨਾ, ਟੁਪਕਲੇ ਗਲਤ ਹੈ, ਗਲਤ ਹੈ ਇਹ, ਜਿਹੜੀਆਂ ਮੁਫ਼ਤ ਦੀਆਂ ਰਿਓੜੀਆਂ ਬਣਦੇ ਨਾ ਇਹ ਗਲਤ ਹੈ, ਰੁਜ਼ਗਾਰ ਦੇਣ, ਬੇਰੁਜ਼ਗਾਰ ਦੂਰ ਕਰਨ, ਸਹੂਲਤ ਦੇਣ, ਕੋਈ ਸਿਹਤ ਦੀ ਦੇਣ, ਕੋਈ ਸਿੱਖਿਆ ਦੀ ਦੇਣ, ਕੁਛ ਨਾ ਕੁਛ ਕਰਨ, ਮਤਲਬ ਇਹ ਤਾਂ ਲੋਕਾਂ ਨੂੰ ਅਮਲੀ ਬਣਾ ਤਾ ਇਹਨਾਂ ਨੇ, ਕੰਮ ਕਰਨ ਤੋਂ ਪਹਿਲੇ ਕਰਤੇ, ਮੁਫ਼ਤ ਦੀ ਚੀਜ਼ ਵੰਡ ਕੇ ਰਿਓੜੀਆਂ ਵਾਲੇ, ਇਹਨੂੰ ਸਸਤੀ ਕਰ ਦਿਓ, ਵਿੱਦਿਆ ਸਸਤੀ ਕਰ ਦਿਓ, ਦੂਜਾ ਜਿਹੜੀ ਮੈਡੀਕਲ ਹੈ ਉਹ ਤਾਂ ਸਸਤੀ ਕਰ ਦਿਓ, ਮਹੱਲਾ ਕਲੀਨਿਕ ਖੋਲ੍ਹਤਾ ਇੱਥੇ ਸਰਕਾਰ ਨੇ? ਹਾਂਜੀ, ਮਹੱਲਾ ਕਲੀਨਿਕ ਖੋਲ੍ਹੇ ਤਾਂ ਹੈਗੇ ਬਾਬਾ, ਮਤਲਬ ਫਾਰਮੈਲਿਟੀ ਹੈ, ਹਾਂ ਮਹੱਲਾ ਕਲੀਨਿਕ ਖੋਲ੍ਹਤੇ, ਕੁਛ ਹੀ ਨਹੀਂ, ਨਾ ਕੋਈ ਡਾਕਟਰ ਹੈ, ਨਾ ਕੋਈ ਦਵਾਈ ਹੈ, ਕੁਛ ਨਹੀਂ, ਉਹ ਕਹਿੰਦੇ ਦਵਾਈਆਂ ਮੁਫ਼ਤ ਮਿਲਦੀਆਂ, ਮੁਫ਼ਤ ਦੇ ਜਾਂਦੀਆਂ, ਗੱਲ ਕਰ ਗੱਲੀ ਬਾਤੀ ਹੈ, ਕੰਮ ਕੁੰਮ ਫਿਰ ਬਸ ਡਾਮਾਡੋਲ ਹੀ ਹੈ, ਕੰਮ ਬਸ ਇੱਕ ਜਿਹੜਾ ਬਜ਼ੁਰਗਾਂ ਨੇ ਕਿਹਾ ਵੀ ਬਿਜਲੀ ਦਾ, ਇਹ 2 ਸਾਲ ਹੋ ਗਏ ਦੀ ਬਿੱਲ ਹੈ,
ਬਾਕੀ ਠੀਕ ਠਾਕ ਹੈ। ਹੋਰ ਨਹੀਂ ਕੋਈ ਕੰਮ ਹੋਇਆ? ਕੰਮ ਕੀ ਹੋਣਾ, ਕੁਛ ਨਹੀਂ। ਦੋ ਵਾਰੀ ਮੈਨੂੰ ਲੱਗਦਾ ਇੱਕ ਦੂਜੇ ਨੂੰ ਵਿਰੋਧੀਆਂ ਨੂੰ ਭੰਡੀ ਜਾਂਦੇ ਨੇ, ਤੂੰ ਐਂ ਕਰਤਾ ਤੂੰ ਐਂ ਕਰਤਾ, ਲੋਕਾਂ ਦਾ ਤਾਂ ਖਿਆਲ ਹੀ ਨਹੀਂ, ਤਾਂ ਇਕੱਠੇ ਬੈਠੇ ਰਹਿੰਦੇ। ਉਹ ਤਾਂ ਹੱਥ ਨੇ ਪੈਗੀ ਵੀ ਇਕੱਠੇ ਲਾਉਂਦੇ ਹੈ ਜਿਵੇਂ। ਅੱਛਾ, ਕੋਈ ਲੱਗਦਾ ਨਹੀਂ ਕੋਈ ਬਦਲਾਅ ਬਦਲੂ ਵਾਲਾ ਮਸਲਾ? ਬਦਲਾਅ ਤਾਂ ਹੁਣ ਲੋਕਾਂ ਨੇ ਦੇਖ ਲਿਆ ਜੀ, ਹੁਣ ਲੋਕ ਅੱਕ ਗਏ। ਅੱਛਾ, ਬਹੁਤ ਪਛਤਾ ਰਹੇ ਮਤਲਬ। ਫਿਰ ਵੋਟਾਂ ਐਤਕੀ ਕਿਹਨੂੰ ਪਾਉਣਗੇ ਲੋਕ? ਵੋਟਾਂ ਜੀ ਦੁਚਿੱਤੀ 'ਚ ਹੈ, ਦੁਚਿੱਤੀ 'ਚ ਹੈ। ਤੁਹਾਨੂੰ ਕੀ, ਤੁਹਾਨੂੰ ਕੀ ਲੱਗਦਾ ਹੈ ਬਈ ਊਂ ਜੱਜਮੈਂਟ ਹੁੰਦੀ ਹੈ? ਰਸ ਲਾ ਲਓ, ਉਹ ਸਤਿਗੁਰੂ ਬਣੀ ਬੈਠੇ ਨਾ, ਭਾਜਪਾ ਵਾਲੇ ਫਟਾਫਟ ਕਰੀ ਜਾਂਦੇ ਨੇ, ਆ ਜਾਓ ਤੁਹਾਨੂੰ ਸੀਟ ਦੇਵਾਂਗੇ, ਟਿਕਟ ਦੇਵਾਂਗੇ, ਐਂ ਕਰਾਂਗੇ, ਬਸ ਲਾਲਚ ਡੱਡੂ ਛਾਲਾ ਮਾਰੀ ਜਾਂਦੇ ਨੇ, ਬਸ ਠੀਕ ਹੈ, ਬਸ ਲੋਕਾਂ ਦਾ ਕੋਈ ਖਿਆਲ ਨਹੀਂ। ਕੀ ਲੱਗਦਾ ਤੁਹਾਨੂੰ ਬਠਿੰਡੇ ਤੋਂ, ਜੇ ਆਪਾਂ ਗੱਲ ਕਰੀਏ ਵੀ ਅਕਾਲੀ ਜਿੱਤ ਸਕਦੇ ਆ ਕਿ ਕਾਂਗਰਸ ਜਿੱਤ ਸਕਦੀ ਹੈ ਕਿ ਆਮ ਆਦਮੀ ਪਾਰਟੀ ਕਿ ਆਜ਼ਾਦ ਵੀ ਲੱਖਾਂ ਸਾਰਾ ਵਿੱਚ? ਕੁਛ ਨਹੀਂ ਕਰ ਸਕਦੇ ਜੀ, ਕੁਛ ਨਹੀਂ ਕਹਿ ਸਕਦੇ। ਇਹ ਸਿਆਸੀ ਪਾਰਟੀ ਹੈ ਜਿਹੜੀ ਰੋਟੀਆਂ ਸੇਕਦੇ ਨੇ ਲੋਕਾਂ ਦੇ, ਬੁੱਧੂ ਬਣਾਈਆਂ ਨੇ, ਗੱਲ ਨਹੀਂ ਬਾਤ ਨਹੀਂ, ਸਿੱਧੀ ਗੱਲ ਹੈ ਬਸ। ਹੋਰ ਬਾਪੂ ਜੀ ਕਿਵੇਂ ਲੱਗਦਾ ਫਿਰ ਤੁਹਾਨੂੰ ਮਾਹੌਲ? ਕਿਸੇ ਦਾ ਨਾ ਤਾਂ ਕੋਈ ਆਇਆ ਹੀ ਹੈ ਤੇ ਨਾ ਹੀ ਹਜੇ ਤਾਈ ਕੋਈ ਇਹ ਲੱਗਦਾ ਵੀ ਕਿਹੜਾ ਪਾਲੜਾ ਭਾਰੀ ਹੈ। ਸਰਕਾਰ ਦਾ ਪਤਾ ਲੱਗ ਜਾਂਦਾ ਨਾ, ਕਿਉਂਕਿ ਸਰਕਾਰ ਨੇ ਹੁਣ ਆਪਦਾ ਬੰਦਾ ਕੈਂਡੀਡੇਟ ਅਨਾਊਂਸ ਕਰਤਾ ਵੀ ਜਗਮੀਤ ਸਿੰਘ ਕੁੱਟਗਾ, ਉਹਦਾ ਪਤਾ ਲੱਗ ਜਾਂਦਾ। ਬਾਕੀ ਪਾਰਟੀਆਂ ਦੇ ਵੀ ਉਹੀ ਪਾਰਟੀਆਂ, ਪਾਰਟੀਆਂ ਜਦੋਂ ਆਉਣਗੀਆਂ ਨਾ ਫਿਰ ਪਤਾ ਲੱਗੂਗਾ ਵੀ ਕੀ ਪੋਜੀਸ਼ਨ ਹੈ। ਹਜੇ ਤੱਕ ਤਾਂ ਕੋਈ, ਹਜੇ ਨਾ ਤਾਂ ਸਾਡੇ ਕੋਲ ਕੋਈ MLA ਹੈ, ਨਾ ਕੋਈ MP ਆਇਆ, ਨਾ ਕੋਈ ਸਾਡੇ ਕੋਲ ਹੋਰ ਕੈਂਡੀਡੇਟ ਆਇਆ, ਹਜੇ ਤੱਕ ਕੋਈ ਨਹੀਂ ਆਇਆ, ਤੇ ਅੱਜ ਤੋਂ ਪਤਾ ਲੱਗੂਗਾ ਵੀ ਕੀ ਪੋਜੀਸ਼ਨ ਹੈ। ਅਸਲ ਲੋਕ ਨਾਲ ਤੁਰਨਗੇ ਜਦੋਂ ਫਿਰ ਪਤਾ ਲੱਗੂਗਾ ਵੀ ਕਿਹੜੇ ਨਾ ਕੋਈ ਕਿਹਦੀ ਸਪੋਰਟ ਵੱਧ ਹੈ। ਸਰਕਾਰ ਤੋਂ ਲੋਕ ਕਿਵੇਂ ਲੱਗਦਾ ਤੁਹਾਨੂੰ? ਸਰਕਾਰ ਠੀਕ ਹੈ, ਰਲੀ ਮਿਲੀ ਵਧੀਆ, ਜਿਹੋ ਜਿਹੇ ਆਗਰੇ ਸੀ ਉਹੋ ਜਿਹੇ ਇਹ ਹੈ। ਫਰਕ ਨਹੀਂ ਲੱਗਿਆ? ਫਰਕ ਥੋੜ੍ਹਾ ਬਹੁਤਾ ਹੈਗਾ, ਜਿਵੇਂ ਸਾਡੇ ਪਿੰਡ 'ਚ ਹੁਣ 10-20 ਮੁਲਾਜ਼ਮ ਰੱਖੇ ਆ, ਬੱਚੇ ਵਧੀਆ, ਕੋਈ ਇਹੋ ਜਿਹੀ ਗੱਲ ਨਹੀਂ ਕਿਸੇ ਤੋਂ, ਕੋਈ ਅੱਜ ਤੱਕ ਪੈਸਾ ਨਹੀਂ ਕਿਸੇ ਤੋਂ ਲਿਆ, ਜੇ ਐਵੇਂ ਕੋਈ ਕੁਛ ਹੀ ਕਹੀ ਜਾਵੇ, ਕੋਈ ਐਂ ਨਹੀਂ ਹੈ ਕਿਸੇ ਨੂੰ ਕੋਈ ਵੀ ਕਿਸੇ ਨੂੰ ਕੋਈ ਸਿਫਾਰਸ਼ 'ਤੇ ਰੱਖਿਆ ਹੋਵੇ, ਐਂ ਵੀ ਹੈ ਸਾਡੇ ਪੁਲਿਸ 'ਚ ਵੀ ਜਵਾਕ ਰੱਖੇ ਨੇ, ਹੋਰ ਵੀ ਮੁੰਡੇ ਬੱਚੇ ਰੱਖੇ ਨੇਗੇ, ਅਤੇ ਰਲਿਆ ਮਿਲਿਆ ਜਾਏ। ਪੈਨਸ਼ਨਾਂ ਉੱਥੇ ਜੀ ਫਿਰਦੀਆਂ ਜੀ, ਹਾਂ, ਨਾ ਹੀ ਆਪਾਂ ਬਣਾਈ ਹੈ ਅਤੇ ਨਾ ਹੀ ਆਪਾਂ ਨੂੰ ਲੋੜ ਪੈਂਦੀ ਹੈ, ਅਤੇ ਨਾ ਹੀ ਆਪਾਂ ਕਦੇ ਪਤਾ ਕਰਿਆ ਇਸ ਗੱਲ ਦਾ ਵੀ ਪੈਨਸ਼ਨ ਵਧੀਆ ਜਾਂ ਘਟੀਆ, ਆਪਾਂ ਇਹਦੇ 'ਚ ਰੱਖਿਆ ਨਹੀਂ, ਆਪਾਂ ਇਹਦੇ 'ਚ ਕੋਈ ਇੰਟਰਸਟ ਲਿਆ ਨਹੀਂ ਬੜਾ ਪੈਨਸ਼ਨਾਂ ਦਾ। ਸਰਕਾਰ ਕਹਿੰਦੀ ਸੱਥਾਂ 'ਚ ਚੱਲਿਆ ਕਰਾਂਗੇ, ਤੁਸੀਂ ਸੱਥ 'ਚ ਬੈਠੇ ਹੋ, ਊਂ ਮਾੜਾ ਮੋਟਾ ਤਾਂ ਜੱਜਮੈਂਟ ਜੀ ਹੋ ਜਾਂਦੀ ਹੈ ਵੀ ਹਵਾ ਜੀ ਕਿਵੇਂ ਲੱਗਦਾ, ਸ਼ੁਰੂ 'ਤੇ ਪਤਾ ਲੱਗ ਜਾਂਦਾ? ਹਵਾ ਤਾਂ ਹਜੇ ਹੋਏ ਤੋਂ ਪਤਾ ਲੱਗੂ, ਅਜੇ ਤੱਕ ਸਾਡੇ ਆਇਆ ਨਹੀਂ ਨਾ ਕੋਈ, ਅਜੇ ਤੱਕ ਹਾਂ, ਨਾ ਤਾਂ ਅਜੇ ਸਰਕਾਰ 'ਚੋਂ ਹੀ ਕੋਈ ਆਇਆ ਇਹਨਾਂ ਦਾ ਬੰਦਾ, ਨਾ ਹੀ ਕੋਈ ਹੋਰ ਅਕਾਲੀਆਂ ਦਾ ਭਾਜਪਾ ਦਾ ਕੋਈ ਬੰਦਾ ਨਹੀਂ ਅਜੇ ਤੱਕ ਆਇਆ ਸਾਡੇ, ਅਜੇ ਤਾਂ ਆਪ ਵਾਲਿਆਂ ਦਾ ਵੀ ਨਹੀਂ ਕੋਈ ਬੰਦਾ ਪਹੁੰਚਿਆ ਸਾਡੇ ਕੋਲ, ਅੱਜ ਤੋਂ ਪਤਾ ਲੱਗੂ ਕੀ ਪੋਜੀਸ਼ਨ ਹੈ, ਉਹਨਾਂ 'ਚ ਕੋਈ ਪੋਜੀਸ਼ਨ ਨਹੀਂ। ਬਾਕੀ ਰਲਿਆ ਮਿਲਿਆ ਜੇ ਲੱਗਦਾ ਮਾਹੌਲ ਸਾਨੂੰ ਤਾਂ। ਤੁਹਾਡੇ MLA ਨੇ ਕੋਈ ਕੰਮ ਕੀਤੇ ਕੋਈ? MLA ਤਾਂ ਅੱਜ ਤੱਕ ਕਦੇ ਦੇਖਿਆ ਨਹੀਂ ਆਇਆ, ਐਵੇਂ ਕਹਿ ਦਈਏ ਹਾਂ। ਬਾਕੀ ਸਾਡਾ ਤਾਂ ਐਂ, ਸਾਡਾ ਤਾਂ ਨਾ ਤਾਂ ਕੋਈ ਬਠਿੰਡੇ ਦਾ ਨਾ ਮਾਨਸਾ ਦਾ ਕੋਈ ਮੰਤਰੀ ਤਾਂ ਲਿਆ ਹੀ ਨਹੀਂ, ਅਤੇ ਮੰਤਰੀ ਤੋਂ ਬਿਨਾਂ ਸਾਡੇ ਕੰਮ ਕਿੱਥੋਂ ਹੋਣਗੇ? ਹੈਗਾ ਮੰਤਰੀ ਖੁੱਡੀਆਂ ਨਹੀਂ, ਖੁੱਡੀਆਂ ਤਾਂ ਉੱਧਰ ਰਹਿ ਗਿਆ ਨਾ ਸਾਡੇ ਹੀ ਨਾ, ਉਹ ਤਾਂ ਹੁਣ ਆਇਆ, ਹੁਣ ਆਊਗਾ ਤਾਂ ਫਿਰ ਪਤਾ ਲੱਗੂ ਹੁਣ ਕੰਮ ਹੋਣਗੇ, ਪਹਿਲਾਂ ਤਾਂ ਸਾਡਾ ਕੋਈ ਰੱਖਿਆ ਨਹੀਂ।
ਨਾ ਕੋਈ ਮਾਨਸਾ ਦਾ ਮੰਤਰੀ ਆ ਨਾ ਕੋਈ ਦੱਸ ਗਿਆ ਬੀਜਿੰਗ ਸਿੰਗਲਾ ਪਿਛਲੀ ਵਾਰ ਰੂਬੀ ਨੂੰ ਪਾਂਗੇ, ਰੂਬੀ ਵਿਚਾਰੀ ਕਾਂਗਰਸ ਚਲੀ ਗਈ, ਐਤਕੀ ਪਾਂਗੀਆਂ ਸੀ ਨਾ ਰੂਬੀ ਆਇਆ ਸਾਡੇ ਕੋਲ ਤਾਂ ਵਿਚਾਰੇ ਨਾ ਆਏ ਆ ਅਜੇ ਤੱਕ ਕੋਈ ਨੀ ਆਇਆ ਹਾਂਜੀ, 5 ਸਾਲ ਰੂਬੀ ਨੇ ਕਰਤੇ ਉਹ ਮਜ਼ਕਰੀ ਮਜ਼ਕਰੀ ਅਜੇ ਤਾਂ ਇਹ ਚੱਲੀ ਜਾਂਦਾ ਬਾਕੀ ਹਾਂ ਬਾਕੀ ਹੁਣ ਗਾਹਾਂ ਪਤਾ ਲੱਗੂ ਵੀ ਕੀ ਕਰਦੇ ਆ ਆਉਣਗੇ ਤੁਹਾਡੇ ਕੋਲ ਵੋਟਾਂ ਮੰਗਣਾ ਦੋ ਖੜ ਜੋ ਹਾਂ ਨਾ ਨਾ ਕੋਈ ਨਹੀਂ ਉਹਦੇ ਪੁੱਛਾਂਗੇ ਫਿਰ। ਅੱਛਾ ਹੋਰ ਬਾਪੂ ਠੀਕ ਠਾਕ? ਵਧੀਆ ਜੀ, ਸਿਹਤ ਠੀਕ ਹੈ? ਵਧੀਆ ਜੀ। ਕਿਵੇਂ ਲੱਗਦਾ ਫਿਰ ਤੈਨੂੰ ਮਾਲ ਪੈਨਸ਼ਨ ਪੁਨਸ਼ਨ ਵਧੀ ਕੋਈ? ਪੈਨਸ਼ਨ ਆਪਾਂ ਤਾਂ ਕਦੇ ਬਣਾਈ ਨਹੀਂ ਜੀ। ਅੱਛਾ, ਅਤੇ ਮੈਨੂੰ ਤਾਂ ਐਂ ਵਧੀਆ ਲੱਗਦਾ ਜੀ, ਮੇਰੇ ਕੋਲ 3 ਮੋਟਰਾਂ ਹੈ, ਰੋਜ਼ ਰਾਤ ਨੂੰ ਤੋਰੀ ਫਿਰਦੇ ਸੀ, ਲਾਈਟ ਆਉਂਦੀ ਹੈ ਵਾਧੂ ਦਿਨੇ ਲਾ ਆਉਂਦੇ ਹਾਂ, ਮੈਨੂੰ ਤਾਂ ਵਧੀਆ ਲੱਗਿਆ। ਵਧੀਆ ਲੱਗਿਆ, ਸਰਕਾਰ ਦੇ ਕੰਮ ਵਧੀਆ ਲੱਗੇ ਫਿਰ? ਪਾਣੀ ਵਾਲਾ ਲਾਈਟ ਵਾਲਾ ਵਧੀਆ ਲੱਗਿਆ ਜੀ, ਸਰਕਾਰ ਦਾ ਤਾਂ ਵਧੀਆ। ਅੱਛਾ, ਹੋਰ ਕੋਈ ਕੰਮ? ਬਸ ਆਹੀ ਕੰਮ ਸੀ, ਆਪਣੇ ਤਾਂ ਦਿਨੇ ਦਿਨੇ ਲਾ ਆਉਂਦੇ ਹਾਂ, 4 ਵਜੇ ਵਿਹਲੇ ਹੋ ਜਾਂਦੇ। ਅੱਛਾ, ਹੋਰ ਆਪਾਂ ਨੂੰ ਕਾਸੇ ਬਾਰੇ ਨਹੀਂ ਪਤਾ ਵੀ ਪਾਣੀ 'ਤੇ ਆ ਜੀ, ਪਾਣੀ 'ਤੇ ਰੱਖਿਆ ਇਹ ਬੰਦਾ ਅੱਗੇ ਰਾਤ ਨੂੰ ਤੋਰੀ ਫਿਰਦੇ 5 ਵਜੇ ਹੁਣ ਘਰੇ ਦਿਨੇ ਦਿਨੇ ਪਾਣੀ ਲਾਇਆ ਹੁੰਦਾ ਜੀ ਬਸ। ਅੱਗੇ ਸਰਕਾਰ ਕਹੀ ਸੱਥਾਂ ਚੱਲੇਗੀ, ਸੱਥਾਂ ਚੱਲੀ ਹੈ ਸਰਕਾਰ? ਸੱਥਾਂ ਤਾਂ ਮੈਨੂੰ ਪਤਾ ਨਹੀਂ ਜੀ, ਅਸੀਂ ਤਾਂ ਹੁੰਦੇ ਹਾਂ ਇੱਥੇ ਲੋਕ। ਅੱਛਾ, ਆਏ ਨਹੀਂ ਕੋਈ ਮੰਤਰੀ MLA ਇੱਥੇ ਬਹਿ ਕੇ ਵੀ ਦੱਸੋ ਬਾਪੂ ਕੰਮ ਤੁਹਾਡਾ? ਨਾ ਆਪਾਂ ਜਾਣਦੇ ਜੀ ਮੰਤਰੀ ਕੌਣ, ਅਸੀਂ ਤਾਂ ਆਪ ਹੀ ਇੱਥੇ ਬਸ ਮੰਤਰੀ ਕਾ ਨਹੀਂ, 2 ਘੰਟੇ ਟਾਈਮ ਪਾਸ ਕਰਦੇ ਹੈ। ਵਧੀਆ ਜੀ, ਪਾਣੀ ਵਾਲਾ ਕੰਮ ਸੀ ਸਾਡਾ, ਉਹ ਵਧੀਆ ਹੋਈ ਆ, ਵਧੀਆ ਫਸਲ ਵੇਗੀ ਮੌਕੇ 'ਤੇ, ਖਾਤੇ 'ਚ 2 ਰੁਪਈਏ ਆ ਗਏ, ਬਸ ਆਹ ਕੰਮ। ਬਾਪੂ ਤੇਰੀ ਪੈਨਸ਼ਨ ਪੁਨਸ਼ਨ ਵੱਜੀ ਕੀ ਵੱਜੀ ਨਹੀਂ? ਵੱਜੀ ਆ ਜੀ। ਵੱਧਗੀ ਕਿ ਵਧੀ ਨਹੀਂ? ਨਾ ਪੂਰੀ ਵੀ ਨਹੀਂ ਆਈ। ਆਈ ਨਹੀਂ, ਸਰਕਾਰ ਤਾਂ ਕਹਿੰਦੀ ਵਧਾਵਾਂਗੇ, ਵਧਾਈ ਜਿਹੜੀ ਖਬਰਾਂ ਕਦੋਂ ਵਧਾਉਣਗੇ, ਦੁੱਲਾਂ ਦੀ ਨਹੀਂ ਛੜੀ ਦੁੱਲਾਂ ਜੀ ਦੀ ਲੱਗੀ ਆ। ਅੱਛਾ, ਹਾਂ ਮੈਂ ਤਾਂ ਪ੍ਰਦੇਸ਼ ਵੀ ਫ੍ਰੀ ਰੱਖ ਲਿਆ ਅੱਜ। ਅੱਛਾ, ਹਾਂ ਅੱਜ ਰੱਖ ਲਿਆ ਹੋ ਅਤੇ ਫਿਰ ਇੱਥੇ ਬੈਠੇ ਹੋ ਅਤੇ ਇੱਥੇ ਕੀ ਹੁੰਦਾ, ਬੰਦੇ ਚਲਾਉਣਾ ਪੈਂਦੇ ਆ, ਜੋ ਸਰਕਾਰ ਬੰਦਾ ਚੱਜ ਵੀ ਤਾਂ ਮੈਂ ਲਊਂਗਾ। ਜਾਵੇ ਤਾਂ ਫੇਰ ਹੀ ਆ, ਹੁਣ ਤੁਸੀਂ ਆ ਕੇ ਤੁਹਾਨੂੰ ਦੱਸ ਦੇਗੇ। ਕੰਮ ਕੁੰਮ ਫਿਰ ਤਾਂ ਹੋਏ ਨੀ? ਮੇਰਾ ਤਾਂ ਨੀ ਹੋਇਆ ਜੀ, ਕੋਈ ਹੋਏ ਹੋਣਗੇ ਚਾਰ ਥੋੜੇ ਘਰੇ, ਆਹ ਤਾਂ ਸਾਡੇ ਪਿੰਡੋਂ ਲਵਾ ਤੇ ਮੁੰਡੇ ਬਹੁਤ ਮੁਲਾਜ਼ਮ ਲਵਾ ਤੇ, ਇਹਦਾ ਖਾਲਸੇ ਦਾ ਲੱਗ ਗਿਆ, ਹੋਰ ਲੱਗ ਗਏ ਜਵਾਬ 15-20 ਬਾਕੀ ਜੀ ਉੱਟ ਮਾਰਦੇ ਜਾਂਦੇ, ਤੁਸੀਂ ਆਉਂਦੇ ਨੀ? ਬਾਕੀ ਪਾਣੀ ਤਾਣੀ ਬਥੇਰਾ ਆਉਂਦਾ, ਪਾਣੀ ਪੂਣੀ ਵਾਧੂ ਹੋ ਜਾਂਦਾ। ਤੁਹਾਨੂੰ ਕੀ ਲੱਗਦਾ ਮਾਹੌਲ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਬੇਟਾ ਲੱਗਿਆ ਤੁਹਾਡਾ? ਹਾਂ ਬੇਟਾ ਆਪਣਾ ਜੀ, ਪੁਲਿਸ 'ਚ ਲੱਗ ਗਿਆ? ਤਹਿਸੀਲਦਾਰ ਆ ਜੀ। ਤਾਂ ਵਧੀਆ ਹੋ ਗਿਆ ਚਲੋ। ਹਾਂਜੀ ਬਹੁਤ ਵਧੀਆ ਜੀ। ਇਸੇ ਸਰਕਾਰ 'ਚ ਲੱਗਿਆ? ਇਸੇ ਸਰਕਾਰ 'ਚ ਜੀ। ਕੋਈ ਕਿਸੇ ਨੂੰ ਚਾਹ ਦਾ ਕੱਪ ਨਹੀਂ ਪਿਆ, ਕੋਈ ਸਿਫਾਰਸ਼ ਨਹੀਂ, ਜਿੰਨੇ ਉਹਦੇ ਨੰਬਰ ਆਏ ਮੈਟ ਚੱਕੇ ਉਹਨਾਂ ਨੇ, ਸਾਨੂੰ ਉਮੀਦ ਨਹੀਂ ਸੀਗੀ, ਕਦੀ ਸੋਚਿਆ ਵੀ ਨਹੀਂ ਸੀਗਾ ਅਸੀਂ। ਬੇਟਾ ਇੰਟੈਲੀਜੈਂਸ ਸੀਗਾ ਬਹੁਤ ਜ਼ਿਆਦਾ, ਪਟਵਾਰੀ ਦੇ ਪੇਪਰ ਕਲੀਅਰ ਸੀ, ਸਾਬਨਸ ਵਾਲਾ ਕਲੀਅਰ ਸੀਗਾ, ਅਤੇ ਆਪਣਾ ਇੱਧਰ ਇੰਸਪੈਕਟਰ ਸੀਗੇ ਜੇ ਆਪਣੇ ਚ ਕੋਪਰੇਟ ਦੇ ਵਿੱਚ, ਉਹ ਵੀ ਕਲੀਅਰ ਸੀ ਪੇਪਰ ਉਹਦਾ, ਹੌਲਦਾਰ ਇਨਵੈਸਟੀਗੇਸ਼ਨ ਦਾ ਉਹ ਵੀ ਕਲੀਅਰ ਸੀਗਾ, ਉਹਦੇ 'ਚ ਉਹਨੇ ਲਿਖ ਦਿੱਤਾ ਉਹਨੇ ਵੀ ਮੈਂ ਜੁਆਇਨ ਨਹੀਂ ਕਰਨੀ, ਮੇਰਾ ਇੱਦਾਂ ਤਹਿਸੀਲਦਾਰ ਦਾ ਆ ਗਿਆ, ਇੰਟੈਲੀਜੈਂਸ ਸੀ ਵਧੀਆ ਬੇਟਾ। ਕਿੱਥੇ ਡਿਊਟੀ ਹੁਣ? ਜਲੰਧਰ ਜੀ। ਹਾਂਜੀ ਹਾਂਜੀ। ਸਰਕਾਰ ਵਧੀਆ ਲੱਗੀ ਫਿਰ ਤਾਂ? ਬਹੁਤ ਵਧੀਆ ਜੀ, ਇਹ ਚੀਜ਼ ਨੂੰ ਬਹੁਤ ਵਧੀਆ। ਕਿੰਨੇ ਸਾਡੇ ਪਿੰਡ ਦੇ ਘੱਟੋ ਘੱਟ ਇੱਕ ਕੁੜੀ ਪਟਵਾਰੀ ਲੱਗੀ ਆ, ਇੱਕ ਕੁੜੀ ਸਬ ਇੰਸਪੈਕਟਰ ਆ, ਇੱਕ ਮੁੰਡਾ ਸਬ ਇੰਸਪੈਕਟਰ ਆ, ਅਤੇ 2 ਮੁੰਡੇ ਜੇਲ੍ਹ ਵਾਰਡ ਦੇ ਵਿੱਚ ਆ, 4 ਮੁੰਡੇ ਪੁਲਿਸ ਦੇ ਵਿੱਚ ਕਾਂਸਟੇਬਲ ਆ, ਸਾਰੇ ਬਿਲਕੁਲ
ਆਪਦੇ ਉਸ 'ਤੇ ਪੜ੍ਹਾਈ ਦੇ ਸਿਰ 'ਤੇ ਔਰ ਕੋਈ ਕਿਸੇ ਨੂੰ ਪੰਜ ਪੈਸੇ ਕੋਈ ਸਿਫਾਰਸ਼ ਨਹੀਂ ਕਿਸੇ ਦੀ ਬਿਲਕੁਲ ਜਮਾਂ ਇਸ ਪੱਖ ਤੋਂ ਮਾ ਕੇ ਸਾਨੂੰ ਬਹੁਤ ਜ਼ਿਆਦਾ ਹੋਇਆ ਕਿ ਹਜੇ ਤੱਕ ਮੇਰੀ 57 ਸਾਲ ਦੀ ਉਮਰ ਆ ਕੋਈ ਵੀ ਪਾਰਟੀ ਨੇ ਇੱਕ ਵੀ ਕਿਤੇ ਮੁਲਾਜ਼ਮ ਨੂੰ ਬਿਨਾਂ ਰਿਸ਼ਵਤ ਤੋਂ ਨਹੀਂ ਰੱਖਿਆ ਸੀ ਕਦੇ ਵੀ ਸੋਚਦੇ ਵੀ ਨਹੀਂ ਸੀਗੇ ਜਿਹੜੇ ਬੱਚੇ ਹੁਣ ਇਸ ਟਾਈਮ 'ਤੇ ਪਟਵਾਰੀ ਜਾਂ ਸਬ ਇੰਸਪੈਕਟਰ ਲੱਗ ਗਏ ਸੋਚਿਆ ਵੀ ਨਹੀਂ ਸੀ ਉਹਨਾਂ ਨੇ ਅਤੇ ਇਹ ਸਭ ਤੋਂ ਵੱਡੀ ਇਹਨਾਂ ਦੀ ਉਹ ਆ ਮਾ ਕੇ ਜਿਹੜੀ ਇਮਾਨਦਾਰੀ ਚੱਲ ਰਹੀ ਆ ਬੱਚਾ ਕਾਬਲੀਅਤ ਵਾਲਾ ਬੱਚਾ ਅੱਗੇ ਰਹੇਗਾ ਹੋਰ ਠੀਕ ਠਾਕ ਹੋ ਤੁਸੀਂ ਜੀ ਕੀ ਆ ਅੰਗੂਠੇ ਦੇ ਕਿਮਰ ਵਾਲਾ ਬਾਪੂ ਇਹ ਤਾਂ ਉਹਦੇ 'ਚ ਆ ਗਿਆ ਤਖਤੇ ਜੀ ਹੋਰ ਕਿਹਾ ਕਿਵੇਂ ਆ ਗਿਆ ਬਸ ਬਾਹਰ ਭੇਟਦਾ ਸੀ ਮੈਂ ਆਪ ਹੀ ਆਪਦੇ ਹੱਥ ਨਹੀਂ ਵੱਜਿਆ ਜੀ ਅਤੇ ਕੰਮ ਕੁੰਮ ਪਿੰਡ 'ਚ ਕਿੰਨੇ ਕੁ ਹੋ ਗਏ ਕੰਮ ਜੀ ਹੁਣ ਅਸੀਂ ਚਲਾਏ ਆ ਹੁਣ ਪਹਿਲਾਂ ਪੈਸੇ ਆਏ ਹੀ ਨਹੀਂ ਗ੍ਰਾਂਟ ਗਰੂੰਟ ਆਈ ਨਹੀਂ ਸੀ ਹੁਣ ਆਈ ਹੈ ਹੁਣ ਅੱਜ ਤਾਂ ਸਾਡੀ ਸੜਕ 'ਚ ਜ਼ਮੀਨ ਆਈ ਆ ਪੰਚਾਇਤ ਦੀ 2-2.5 ਕਰੋੜ ਦੀ ਉਹਦੇ ਨਾਲ ਸ਼ੁਰੂ ਕਰਿਆ ਹੁਣ ਅਤੇ ਸਰਕਾਰ ਨੇ ਨਹੀਂ ਕੁਛ ਦਿੱਤਾ ਨਾ ਸਰਕਾਰ ਦੀ ਨਹੀਂ ਹਲੇ ਗ੍ਰਾਂਟ ਆਈ ਕੋਈ ਐਮਐਲਏ ਨੂੰ ਕੋ ਵੀ ਗ੍ਰਾਂਟ ਨਹੀਂ ਕੰਮ ਕਰਾ ਸਕਦਾ ਪੱਛ ਹੀ ਹੋ ਗਿਆ ਨਾ ਫਿਰ ਪਾਰਟੀ ਤੋਂ ਜੀ ਹੁਣ ਇੱਥੇ ਹਲਕਾ ਇੰਚਾਰਜ ਹੋਰ ਲਾਤਾ ਕੌਣ ਲਾਤਾ ਉਹ ਜਤਿੰਦਰ ਭੱਲਾ ਜੀ ਉੱਥੋਂ ਭਗਤੇ ਵਾਲਾ ਇਹਨੂੰ ਸਾਈਡ ਤੇ ਕਰਤਾ ਹਾਂ ਇਹ ਤਾਂ ਫਿਰ ਆਉਂਦੇ ਹੀ ਨਹੀਂ ਅੱਜ ਜਦੋਂ 4 ਲੱਖ ਰੁਪਈਏ ਜਿਹਦਾ ਰੌਲਾ ਪੈ ਗਿਆ ਸੀ ਉਦੋਂ ਬਾਅਦ ਇਹਨੂੰ ਤਾਂ ਪੱਛ ਹੀ ਹੁਣ ਹੁਣ ਉਹ ਚਲਾਉਂਦਾ ਕੰਮ ਹਾਂਜੀ ਹਾਂਜੀ ਕੀ ਲੱਗਦਾ ਕੰਮ ਕੁੰਮ ਪਿੰਡ ਦੇ ਵਿੱਚ ਜੇ ਆਪਾਂ ਗੱਲ ਕਰਦੇ ਸੀ ਬਦਲਾਅ ਵਾਲੀ ਗੱਲਬਾਤ ਉਹੀ ਕੋਈ ਬਦਲਾਅ ਵਾਲੇ ਤਾਂ ਆਹੀ ਆ ਵੀ ਜਿਵੇਂ ਹੁਣ ਇਹਨਾਂ ਨੇ ਕਿਹਾ ਪਾਣੀ ਪੂਣੀ ਆ ਸਿਫਾਰਸ਼ ਨਹੀਂ ਕੋਈ ਬਾਹਲੀ ਬਾਕੀ ਪਤਾ ਕੀ ਹੈ ਜੀ ਇੱਕ ਬੰਦਾ ਚੰਗਾ ਕੀ ਕਰੂ ਸਾਰਾ ਥੱਲੜੇ ਵੀ ਗੰਧਾ ਲੈਣਾ ਬਹੁਤ ਜ਼ਿਆਦਾ ਹੌਲੀ ਹੌਲੀ ਸੈੱਟ ਹੁੰਦੇ ਆ ਫਿਰ ਕੀ ਲੱਗਦਾ ਮਾਹੌਲ ਬਾਪੂ ਇਤਕੀ ਵੋਟਾਂ ਦਾ ਬਠਿੰਡੇ ਤੋਂ ਦੇਖੋ ਗੁਰਮੀਤ ਖੁੱਡੀਆਂ ਦਾ ਵਧੀਆ ਬੇਦਾਗ ਆ ਉਹਦਾ ਪਿਓ ਚੰਗਾ ਸੀ ਪਹਿਲਾਂ ਬੰਦਾ ਅਤੇ ਬਾਕੀ ਪਾਰਟੀਆਂ ਜਦੋਂ ਆ ਗਈਆਂ ਮੈਦਾਨ 'ਚ ਫਿਰ ਹੀ ਪਤਾ ਲੱਗਦਾ ਹਲੇ ਪਾਰਟੀਆਂ ਤਾਂ ਮੈਦਾਨ 'ਚ ਹੀ ਨੇ ਅਕਾਲੀ ਦਲ ਨੇ ਉਹਦਾ ਆਉਣਗੇ ਤਾਂ ਹੈਗੇ ਹੀ ਨਾ ਉਦੋਂ ਭਖਦੇ ਨੇ ਕਈ ਗੱਲਾਂ ਹੁੰਦੀਆਂ ਨਾ ਜੀ ਕੈਂਡੀਡੇਟਾਂ 'ਤੇ ਵੀ ਢੁੱਕਦੀ ਰਹਿੰਦੀ ਹੈ ਗੱਲ ਕੁਛ ਨਾ ਬੀਬਾ ਕਹਿੰਦੀ ਖੜੀ ਤਾਂ ਹੋ ਹਰਸਿਮਰਤ ਕਲੀਅਰ ਤਾਂ ਕਰਤਾ ਉਹ ਅੱਜ ਉਹਨੇ 10 ਕਹਿਤਾ ਵੀ 10 ਦੇ ਵਿੱਚ ਸੀਟਾਂ ਐਲਾਨ ਕਰਤੀਆਂ ਕਲੀਅਰ ਵੀ ਹਰਸਿਮਰਤ ਕੌਰ ਬਾਦਲ ਕਹਿੰਦੇ ਨਹੀਂ ਉਹਦਾ ਐਲਾਨ ਜੀ ਨਹੀਂ ਕਰਿਆ ਹਰਸਿਮਰਤ ਦਾ ਹਾਂ ਕਿਉਂਕਿ ਲੱਗਦਾ ਜੀ ਖੜੇ ਹੋਣਗੇ ਹੀ ਨਹੀਂ ਹਲੇ ਤਾਂ ਮਲੂਕੇ ਨੂੰ ਕਹੀ ਜਾਂਦੇ ਆ ਵਿੱਚੇ ਭੁੰਦੜ ਨੂੰ ਸੇਖੋਂ ਨੂੰ ਬੀਬਾ ਦਾ ਤਾਂ ਨਾਂ ਹੀ ਨਹੀਂ ਦੇ ਰਹੇ ਜਿਹੜੀ ਲਿਸਟ 'ਚ ਪਾਉਂਦੇ ਆ ਇਹ ਅੱਜ ਤਾਂ ਇੱਕ ਲਿਸਟ ਯਾਰ ਕੀ ਉਹਦੇ 'ਚ ਤਾਂ ਹੈਗਾ ਬੀਬਾ ਦਾ ਨਾਂ ਬਠਿੰਡੇ ਤੋਂ ਜੀ ਅਤੇ ਕਲੀਅਰ ਨਹੀਂ ਕਰਿਆ ਹਲੇ ਕੋਈ ਆਉਣਗੇ ਤਾਂ ਹੈਗੀ ਪਰ ਉਦੋਂ ਹੀ ਭਖਦਾ ਨਾ ਜਦੋਂ ਕੈਂਡੀਡੇਟ ਆ ਜਾਂਦੀ ਹਰਸਿਮਰਤ ਆ ਗਈ ਕੌਰ ਆ ਗਈ ਫਿਰ ਜਿੱਤ ਜੂ ਨਾ ਗੁਰਮੀਤ ਖੁੱਡੀਆਂ ਦਾ ਅਤੇ ਇਹਦਾ ਮੁਕਾਬਲਾ ਹੋਊ ਦੋਨਾਂ ਦਾ ਕਾਂਗਰਸ ਦਾ ਕਾਂਗਰਸ 'ਚ ਅੱਗੇ ਰਾਜੇ ਵੜਿੰਗ ਨੂੰ ਅਸੀਂ ਅੱਗਰੀ ਦਾ ਜ਼ੋਰ ਲਾਇਆ ਉਹਦੇ ਮਗਰ ਮੁੜ ਕੇ ਆ ਕੇ ਵੀ ਨਹੀਂ ਖੜੇ ਇੱਥੇ ਉਹ ਨਾਲੇ ਮੰਤਰੀ ਬਣ ਗਏ ਸੀ ਉਦੋਂ ਬਾਅਦ ਅਸੀਂ ਪਿੰਡ ਦੇ ਕੰਮ ਖਾਤਰ 25 ਵਾਰੀ ਗਏ ਕੋਈ ਕੰਮ ਸੀ ਪਿੰਡ ਦਾ ਅਤੇ ਸਾਨੂੰ ਜਮਾਂ ਨੇੜੇ ਨਹੀਂ ਲੱਗਣ ਦਿੱਤਾ ਉਹਨੇ ਨਾਲੇ ਅਸੀਂ ਕਾਂਗਰਸ 'ਚੋਂ ਮੈਂ MC ਜਿੱਤਿਆ ਸੀਗਾ ਹਾਂ ਇੱਥੇ ਪੂਰਾ ਜ਼ੋਰ ਲਾਇਆ ਸੀ ਰਾਜੇ ਵੜਿੰਗ ਬਾਰੇ ਪਿਛਲੀ ਵਾਰੀ ਨਹੀਂ ਨੇੜੇ ਲੱਗਣ ਤਾਂ ਉਹਨਾਂ ਨੇ ਆ ਕੇ ਵੀ ਨਹੀਂ ਖੜਾ ਇੱਥੇ ਮੁੜ ਕੇ ਉਹ ਬਾਕੀ ਇੱਥੇ ਹੁਣ ਕੋਈ ਰਾਜਾ ਬਾਬੂ ਨਹੀਂ ਕਾਂਗਰਸ ਦਾ ਇਹ ਲਾਡੀ ਨਾਲ ਲੜ ਗਿਆ ਸੀ ਉਹਦੇ ਨਾਲ ਸਿੱਧੂ ਨਾਲ ਰਲ ਗਿਆ ਅਤੇ ਸਿੱਧੂ ਸਾਈਡ 'ਤੇ ਆਏ ਵੀ ਸਿੱਧੂ ਅਤੇ ਰਾਜੇ ਵੜਿੰਗ ਦੀ ਆਪ ਹੀ ਦਿਆਣ ਫਸ ਹੈ ਪੂਰੀ ਤੁਹਾਨੂੰ ਪਤਾ ਹੀ ਹੈ ਅਤੇ ਹਾਂ ਸਿੱਧੂ ਤਾਂ ਉੱਧਰ ਪਾ ਗਿਆ ਹੁਣ ਪੈਸੇ ਕਮਾਉਣ ਕਹਿੰਦਾ ਫਿਰ ਇਹਨੂੰ ਤਾਂ ਖੁੰਜੇ ਲਾ ਗਿਆ ਲਾਡੀ ਨੂੰ ਇੱਥੇ ਹੋਣਾ ਥੋੜ੍ਹਾ ਚਿਰ ਹੋ ਗਿਆ ਰੈਲੀ ਕਰਾਈ ਆ ਲਾ ਕੇ 10-20 ਲੱਖ ਰੁਪਏ ਇਹਨਾਂ ਨੇ ਸਿੱਧੂ ਦੀ ਆਪਦਾ ਉੱਧਰ ਭੱਜ ਗਿਆ ਹੁਣ ਇਹਨੂੰ ਉਹ ਨਹੀਂ ਨੇੜੇ ਲੱਗਣ ਦੇ ਰਾਜੇ ਵੜਿੰਗ ਵਰਗੇ ਵੀ ਉਹਦੇ ਗਰੁੱਪ ਦਾ ਤੁਹਾਨੂੰ ਪਤਾ ਹੀ ਆ ਪਾਰਟੀਆਂ ਸਾਰੀਆਂ 'ਚ ਗਰੁੱਪ ਆ ਜੀ ਗਰੁੱਪ ਬਣੇ ਪਏ ਆ ਸਾਰੀਆਂ 'ਚ ਹੁਣ ਇੱਥੇ ਸਾਡੇ ਆਮ ਆਦਮੀ ਵਾਲੇ ਵੀ ਜਿਹੜੇ MLA ਦੇ ਗਰੁੱਪ ਦੇ ਆ ਉਹ ਖੁੰਜੇ ਲਾਤੇ ਦੂਜੇ ਉਹਨਾਂ ਨੂੰ ਪੁੱਛਦਾ ਹੀ ਨਹੀਂ ਕੋਈ ਜਿਨ੍ਹਾਂ ਨੇ ਇੱਥੇ ਜ਼ੋਰ ਲਾਇਆ ਤੋਲ ਤਲਾਈ ਕਰੀ ਅਤੇ ਅੱਗਰੀ ਦਾ ਜੇ ਰਾਜਾ ਵੜਿੰਗ ਖੜਾ ਹੋ ਗਿਆ ਤਾਂ ਫਿਰ ਰਾਜਾ ਵੜਿੰਗ ਦੇ ਨਾਲ ਲੱਗੂ ਲਾਡੀ ਹਾਂਜੀ ਨਹੀਂ ਲੱਗਦਾ ਮੋਫਰ ਤਾਂ ਉਹ ਲੱਗਦਾ ਹੀ ਨਹੀਂ ਮੋਫਰ ਵੀ ਉਹਦਾ ਵਿਰੋਧ ਕਰੂਗਾ ਪੂਰਾ ਉੱਥੋਂ ਇਹਨਾਂ ਦੀ ਆਉਣ ਬਾਣ ਆ ਪੂਰੀ ਮੋਫਰ ਹੋਇਆ ਇਹਨਾਂ ਦਾ ਮੁਕਾਬਲਾ ਹੋਣਾ ਜੀ ਖੁੱਡੀਆਂ ਦਾ ਅਤੇ ਇਹਦਾ ਇਹ ਲਾਡੀ ਵੀ ਖੁੱਡੀਆਂ ਦੀ ਮਦਦ ਕਰੂਗਾ ਮੋਫਰ ਵੀ ਖੁੱਡੀਆਂ ਦੀ ਮਦਦ ਕਰੂਗਾ ਅਤੇ ਜੀਤਮਿੰਦਰ ਜੀਤਮਿੰਦਰ ਤਾਂ ਇਹਦੀ ਕਰੂ ਨਾ ਰਾਜੇ ਵੜਿੰਗ ਦੀ
ਹੁਣ ਦੁਬਾਰੇ ਵਾਪਸੀ ਕਰੀ ਉਹਨੇ ਮਰਨਾ ਹੁਣ ਤਾਂ ਪਾਰਟੀ 'ਚ ਦੁਬਾਰੇ। ਹਾਂਜੀ ਹਾਂਜੀ ਤੁਹਾਨੂੰ ਤਾਂ ਬਾਬਾ ਨੌਲੇਜ ਬਾਪੂ ਵਾਹਵਾ ਲੱਗਦੀ ਹੈ ਅਤੇ ਫਿਰ ਮੌੜ ਮੂੜ ਕਰਨੀ ਕੀ ਹਾਲਾਤ ਬਣਨਗੇ ਕਾਂਗਰਸ ਦੇ? ਮੌੜ ਵਧੀਆ ਜੀ, ਮੌੜ ਕਾਂਗਰਸ ਦੇ ਨਹੀਂ ਹਾਲਾਤ ਬਣਦੇ, ਉੱਥੇ ਵੀ ਹੈ ਨਹੀਂ ਇਹਨਾਂ ਦਾ ਕੋਈ ਹਲਕਾ ਇੰਚਾਰਜ ਹੀ ਨਹੀਂ, ਉੱਥੇ ਸੁਣਨਾ ਹੀ ਉਹ ਪਿਆ ਉਹਦਾ। ਹੁਣ ਜੀਤਮਿੰਦਰ ਜਾਂਦਾ ਉੱਥੇ ਗੇੜੇ ਮਾਰਦਾ, ਜੀਤਮਿੰਦਰ ਨੂੰ ਟਿਕਟ ਵੀ ਮੌੜ ਤੋਂ ਦੇਣਗੇ। ਰਾਜਾ ਬਣੇਗਾ ਜਿੱਦਾਂ ਨਹੀਂ ਇਹਦਾ ਮੁਕਾਬਲਾ ਖੁੱਡੀਆਂ ਦਾ ਅਤੇ ਇਹਦਾ ਹਰਸਿਮਰਤ ਦੀ ਹੋਊਗਾ ਜੀ। ਇਹ ਕਹਿੰਦਾ ਮੌਕੇ ਦੀ ਸਰਕਾਰ ਆ, ਸਾਰੇ ਹਲਕੇ ਹੁਣ ਇਹਨਾਂ ਦੀ ਆਮ ਆਦਮੀ ਪਾਰਟੀ ਦੇ, ਨੌ ਦੇ ਨੌ ਹਲਕੇ MLA ਇਹਨਾਂ ਦੇ ਨਾ, ਕੁਛ ਲੋਕ ਉਹਦੀ ਝੇਪ ਨਾਲ ਵੋਟਾਂ ਪਾਉਂਦੇ ਆ, ਕੁਛ ਬਾਦਲ ਕਾ ਕੇਡਰ ਬਹੁਤ ਹੈ ਪੁਰਾਣਾ, ਫਰਕ ਪੈ ਜਾਂਦਾ ਉਹਦੇ ਨਾਲ। ਰਾਜਾ ਫਿਰ ਔਖਾ ਜੀ, ਉਹਦੀ ਘਰ ਨੂੰ ਖੜੇ ਸੀਟ ਦੇ ਦੀ ਦੇਣ ਜੀ, ਉਹਨੇ ਬਥੇਰੀਆਂ ਚੁੰਨੀਆਂ ਬਟਾਈਆਂ, ਉਦੋਂ ਬਾਅਦ ਪੁੱਛਿਆ ਹੀ ਨਹੀਂ, ਉਦੋਂ ਆ ਕੇ ਹਰੇਕ ਬੁੜੀ ਨਾਲ ਤਾਂ ਚੁੰਨੀਆਂ ਬਟਾ ਲੈਂਦੀ ਸੀ, ਝੋਲੇ ਭਰੀ ਫਿਰਦੀ ਸੀ ਅਤੇ ਹੋਰ ਚੁੰਨੀਆਂ ਕਿੱਥੇ ਆ ਅਤੇ ਚੁੰਨੀ ਫਿਰ ਉਹੀ ਤਾਂ ਹੀ ਤਾਂ ਭੈੜੀ ਹੋਊਗੀ, ਬੈਕ ਭਰੀ ਫਿਰਦੀ ਚੁੰਨੀਆਂ ਦਾ ਹਰੇਕ ਪਿੰਡ ਬਟਾ ਲਿਆ ਕਰਿਆ ਕੇ। ਅਸੀਂ ਮਹੀਨਾ ਲਾਇਆ ਉਹਦੇ ਨਾਲ ਮੈਂ, ਅਤੇ ਮਹੀਨਾ ਅਸੀਂ ਉਹਦੇ ਨਾਲ ਹੀ ਸੀ, ਅਤੇ ਮੁੜ ਕੇ ਸਾਨੂੰ ਐਂ ਵੀ ਨਹੀਂ ਪੁੱਛਿਆ। ਅਸੀਂ ਉੱਥੇ ਜਦੋਂ ਮੰਤਰੀ ਬਣ ਕੇ ਆ ਦਿਉਣ ਗਏ ਮੰਡੀ 'ਚ, ਕੰਮ 'ਚ ਵੀ ਨਾਲੇ ਸਵਾਗਤ ਕਰਾਂਗੇ ਅਤੇ ਸਾਨੂੰ ਨੇੜੇ ਵੀ ਲੱਗਣ ਦਿੱਤਾ, ਇਹਨਾਂ ਨੇ ਵੀ ਪਰੇ ਰਹੋ ਕਿ ਸਾਡੇ ਹਲਕੇ ਦੇ ਬੰਦੇ ਮਿਲਣਗੇ। ਬੰਬ ਅਸੀਂ ਤੁਹਾਡੇ ਕੋਲ ਕਿਹਾ ਸਾਡੇ ਕੋਲ ਵੋਟਾਂ ਮੰਗੀਆਂ ਸੀ, ਗੱਲ ਹੈ ਤਾਂ ਹੀ ਕਹਿੰਦੇ ਜੀ ਉਦੋਂ ਨਹੀਂ ਨਾ ਬੇਦੇ ਜਦੋਂ ਜਿੱਤ ਜਾਂਦੇ ਆ, ਇਹ ਖੁੱਡੀਆਂ ਪਏ ਉਹ ਤਾਂ ਨਰਮ ਬੰਦਾ, ਇੱਕ ਤਾਂ ਇੱਕ ਇਹਦਾ ਪਰਿਵਾਰ ਨਰਮ ਹੈ ਪਿੱਛੇ ਤੋਂ ਹੀ, ਬੇਦਾ ਆ ਗਿਆ ਚਲੋ ਪਾਰਟੀ ਦੀ ਗੱਲ ਵੱਖਰੀ ਹੈ, ਬੰਦੇ ਦਾ ਵੀ ਫਰਕ ਪੈਂਦਾ ਨਾ ਜੀ। ਕਾਂਗਰਸ ਵਾਲੇ ਕਹਿੰਦੇ ਨਾਲੇ ਰਾਜਾ ਬਣੇ ਨੂੰ ਟਿਕਟ ਤੋਂ ਜਿਤਾ ਕੇ ਭੇਜ ਦਿਆਂਗੇ, ਉਹ ਤਾਂ ਪਤਾ ਲੱਗ ਜੂ ਜੀ ਜਦੋਂ ਹੁਣ ਇੱਥੇ ਵੋਟਾਂ ਪੈਣਗੀਆਂ। ਤੁਹਾਡੇ ਪਿੰਡ ਵੀ ਵਾਧੂ ਚੁੰਨੀਆਂ ਪਟਾ ਕੇ ਗਏ ਸੀ ਫਿਰ? ਹਾਂ ਸਾਰੇ ਪਿੰਡ ਪਿੰਡ ਹੀ ਅਤੇ ਹੋਰ ਚੁੰਨੀਆਂ ਬਣਾਉਣਾ ਬੂਹ ਵੱਧ ਗਿਆ ਹੋਣਾ ਨਾ ਜ਼ਿਆਦੇ। ਹਾਂਜੀ 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 ਨਹੀਂ ਬਹੁਤ ਇਹਨਾਂ ਨੇ ਜਮਾ ਆਈ ਨਹੀਂ ਮੁੜ ਕੇ, ਉਹ ਗੇੜਾ ਮਾਰਨ ਵੀ ਨਹੀਂ ਆਇਆ, ਮੰਤਰੀ ਬਣ ਕੇ ਵੀ ਆਖਿਆ ਜੀ ਵੀ ਤੂੰ ਗੇੜਾ ਤਾਂ ਮਰ ਜਾ ਵੀ ਤੂੰ ਇੱਧਰ ਤੇਰੇ ਮਗਰ ਜ਼ੋਰ ਲਾਇਆ ਇੰਨਾ, ਨਹੀਂ ਆਇਆ ਮੁੜ ਕੇ ਉਹ ਤਾਂ ਕਹਿੰਦਾ ਮੈਂ ਬੱਸਾਂ ਬਹੁਤ ਪਾਤੀਆਂ ਸੀ। ਬੱਚਾ ਰਾਜਸਥਾਨ 'ਚ ਹੁਣ ਵਾਡੀਆਂ ਤਾਂ ਲਵਾ ਲਿਆ ਸਾਰੀਆਂ ਦੀਆਂ, ਪੰਜਾਬ 'ਚ ਥੋੜੀਆਂ ਲੱਗੀ ਜਾਂਦੀਆਂ, ਸਰਦੂਲਗੜ੍ਹ ਇੰਨੀਆਂ ਵਾਡੀਆਂ ਲੱਗਦੀਆਂ, ਇੱਥੇ ਦੂਜਾ ਵਧਾਉੜ ਇੰਨਾ ਵਧੀਆ ਅਤੇ ਜਾ ਕੇ ਰਾਜਸਥਾਨ 'ਚ ਲਵਾ ਲਿਆ, ਉਹਦਾ ਮਾਰਾ ਤਾਂ ਹੁਣ ਇੰਨਾ ਮੂਹਰੇ ਨਹੀਂ ਸਿਰ ਚੱਕਦਾ, ਉਹਦੀ ਵਿਰੋਧੀ ਦੀ ਤਾਂ ਇਹ ਨਿਭਾਈ ਨਹੀਂ ਰਹੇ ਭੂਮਿਕਾ, ਜਿਹੜੀ ਨਿਭਾਉਣੀ ਜੀ ਇਕੱਲਾ ਖਹਿਰਾ ਬੋਲਦਾ ਬਸ ਜਿਹੜਾ ਬੋਲਦਾ ਮਾੜਾ ਮੋਟਾ, ਉਹਨੇ ਉਹੋ ਜਿਹਾ ਵੇਖ ਲਿਆ ਵਿਚਾਰੇ ਨੇ, ਦੋ ਪਰਚੇ ਤਿੰਨ ਪਾਤੇ ਉਹਦੇ, ਇਹ ਤਾਂ ਵਿਰੋਧੀ ਧਿਰ ਦੀ ਵੀ ਨਹੀਂ ਨਿਭਾ ਰਹੇ। ਰਾਜਾ ਬੜਿੰਗ ਤਾਂ ਬਸ ਆਪਦੀ ਪ੍ਰਧਾਨਕੀ ਬਚਾਉਂਦਾ ਇਕੱਲੀ, ਅਤੇ ਜੇ ਬੋਲੇ ਉਹਨਾਂ ਮੂਹਰੇ ਬੜਾ ਸਿਰ ਤਾਂ ਚੱਕੇ ਉਹਦੇ ਮੂਹਰੇ, ਉਹਦੀ ਉਹ ਕਹਿੰਦਾ ਵੀ ਆ ਜਾ ਵਾਡੀਆਂ, ਹੁਣੀ ਬੋਲਿਆ ਤਾਂ ਅਸੀਂ ਵਿਧਾਨ ਸਭਾ 'ਚ, ਤੁਹਾਨੂੰ ਪਤਾ ਹੀ ਹੈ ਉਹ ਕੋਈ ਨਹੀਂ, ਤੇਰੀ ਵੀ ਪੜਤਾਲ ਕਰਾਂਗੇ ਵਾਡੀਆਂ ਕਿੱਥੋਂ ਲਵਾਈਆਂ, ਅਤੇ ਬੋਲੇ ਹੀ ਨਹੀਂ ਮੁੜ ਕੇ, ਵਿਧਾਨ ਸਭਾ ਤੁਹਾਡੇ ਸਾਹਮਣੇ ਤਾਂ ਜਿੱਦੇ ਆ ਜੀ, ਤੁਸੀਂ ਵੀ ਦੇਖੇ ਹੀ ਹੈ, ਬੋਲੇ ਹੀ ਨਹੀਂ ਮੁੜ ਕੇ, ਇਹ ਨਹੀਂ ਇਹ ਮੁਕਾਬਲਾ ਨਹੀਂ ਕਰਦੇ, ਮੁਕਾਬਲਾ ਇਹ ਦੋਨਾਂ ਪਾਰਟੀਆਂ 'ਚ ਹੀ ਹੋਊਗਾ, ਜੇ ਤਾਂ BJP ਨਾਲ ਸਮਝੌਤਾ ਹੋ ਜਾਂਦਾ ਫਿਰ ਤਾਂ ਹਰਸਿਮਰਤ ਦੇ ਜਿੱਤਣ ਦੀ ਚਾਂਸ ਸੀ ਪੂਰੇ, ਹੁਣ ਮੁਕਾਬਲਾ ਹੋਊਗਾ ਜਿੱਤ ਹਾਰ ਕਿੰਨਿਆਂ 'ਤੇ ਹੋ ਜੇ ਇਹਨਾਂ ਦੀ, ਦੋਨਾਂ ਦੀ ਹੋਊਗੀ, ਇਹਨਾਂ ਦੀ ਹੋ ਤੁਸੀਂ ਕੋਲ ਹੀ ਹੋ ਜੀ, BJP ਦੀ ਸ਼ਹਿਰ 'ਚ ਵੋਟ ਆ ਨਾ, ਸ਼ਹਿਰ ਵਾਲੀ ਵੋਟ ਟੁੱਟ ਗਈ ਨਹੀਂ, ਉਹ ਸਾਰੀ ਇਹਨੂੰ ਪੈਂਦੀ ਸੀ ਅੱਗੇ, ਉੱਥੇ ਜਾ ਕੇ ਭਿੜ ਜਾਂਦਾ ਸੀ ਕੰਮ, ਅੱਗੇ ਵੀ ਬਠਿੰਡੇ ਨੇ ਜਿਤਾਇਆ ਸੀ ਜਾ ਕੇ ਇਹਨੂੰ। ਐਤਕੀ ਤਾਂ ਫਿਰ ਮਤਲਬ ਕਿ ਰਾਜਾ ਬਣੇ ਨੂੰ ਤਾਂ ਨਾ ਹੀ ਮੰਨੀਏ ਕਾਂਗਰਸ, ਤਾਂ ਫਿਰ ਕਿਸੇ ਤੁਹਾਡੇ ਕੋਲ ਹੀ ਆ ਜੀ, ਤੁਸੀਂ ਅੱਜ ਦੀ ਵੇਖ ਲਿਓ ਪੱਕਾ ਵਰਕਰ ਆ ਬਾਬਾ, ਤੂੰ MC ਤੁਸੀਂ ਜੁੜੇ ਜਿੱਤੇ ਹੋਏ ਹੋ, ਉਹ ਜਿੱਤੇ ਤਾਂ ਬੰਦਾ ਤਾਂ ਦੇਣ ਫਿਰ ਜਦੋਂ ਗੱਲ ਨਹੀਂ ਸਮਝਦੇ ਜੀ, ਹੁਣ ਆ ਮਿੱਤਰਾ ਤੈਨੂੰ ਕੋਟ ਫਤਿਹ ਜੰਮਿਆ ਨਹੀਂ, ਇਹਦਾ ਪਿਓ ਵੀ ਨਹੀਂ ਜੰਮਿਆ ਸੀ ਆ ਕੇ, ਕੋਟ ਫੱਤਾ ਲਾ ਤਾ ਆ ਕੇ ਮਗਰ ਜਦੋਂ ਟਿਕਟ ਦੇਤੀ, ਇਹਦਾ ਦਾਦਾ ਦੂਦਾ ਰਹਿ ਕੇ ਗਿਆ ਸੀ ਇੱਥੇ ਕਿਤੇ, ਗੱਲ ਦਾ ਫਰਕ ਤਾਂ ਪੈ ਜਾਂਦਾ ਨਾ ਜੀ, ਹੁਣ MLA ਸਾਡੇ ਜਮਾ ਨਹੀਂ ਆਉਂਦਾ ਕਿਤੇ ਦੁੱਖ ਦੇਣਾ ਸੁੱਖ ਦੇਣਾ ਕੋਈ ਹੋਰ, ਫਰਕ ਪੈ ਜਾਂਦਾ ਨਾ, ਦੋ ਵਾਰੀ ਜਿਤਾ ਤਾ ਇੱਥੋਂ ਆਮ ਆਦਮੀ ਦਾ ਬੰਦਾ, ਪਰ ਹੁਣ ਕੀ ਕਰਿਆ ਜਾਵੇ।
ਲੋਕਾਂ ਨੇ ਤਾਂ ਜਿਤਾਇਆ ਨਾ, ਪਰ ਉਹ ਗੁਰਮੀਤ ਖੁੱਡੀਆਂ 100% ਜਿੱਤਣ ਦੇ ਚਾਂਸ ਹੈ। ਬੰਦੇ ਦਾ ਫਰਕ ਹੈ ਨਾ ਜੀ, ਬੰਦੇ ਦਾ ਬਹੁਤ ਫਰਕ ਪੈਂਦਾ। ਬਾਕੀ ਸਰਕਾਰ ਦਾ ਨੌ MLA ਨੌ ਹਲਕੇ ਉਹਨਾਂ ਦੇ ਨਾ, ਜਿਹੜੇ ਨਿਊਟਰਲ ਬੰਦੇ ਨਾ ਜੀ ਉਹ ਸਰਕਾਰ ਬੰਨੀ ਵਗ ਜਾਂਦੇ ਆ ਭਾਵਾਂ ਕਿਵੇਂ ਹੈ। ਹਾਂਜੀ ਹੋਰ ਬਾਪੂ ਕੀ ਹਾਲ ਆ, ਠੀਕ ਠਾਕ ਹੋ ਤੁਸੀਂ? ਠੀਕ ਠਾਕ ਹੋ? ਕੀ ਲੱਗਦਾ ਬਾਪੂ ਫਿਰ ਮਾਹੌਲ? ਆ ਬਾਪੂ ਨੇ ਤਾਂ ਕੱਢਤਾ ਰਿਜ਼ਲਟ, ਸਾਨੂੰ ਤਾਂ ਪਾਣੀ ਦੇ ਚੰਗਾ ਲੱਗਦਾ, ਸਾਨੂੰ ਤਾਂ ਲਾਈਟ ਵਾਧੂ ਆਉਂਦੀ ਆ, ਆਹੀ ਮਾਹੌਲ ਚੰਗਾ ਲੱਗਦਾ। ਕੱਲ ਨੂੰ ਜੇ ਪਾਣੀ ਮੁੱਕ ਗਿਆ ਫਿਰ? ਪਾਣੀ ਮੁੱਕਿਆ ਵੇਖੀ ਜਾਓ ਜਿਵੇਂ ਹੋਊ ਫਿਰ ਸਾਰਿਆਂ ਨੇ ਹੋਊ, ਫਿਰ ਵੇਖੀ ਜਾਓ ਜਿਵੇਂ ਸਾਰਿਆਂ ਨੇ ਹੋਊ, ਪਾਣੀ ਦੀ ਦਿੱਕਤ ਨਹੀਂ ਪਈ ਸਾਨੂੰ, ਆ ਬਸ ਆਹੀ ਚੰਗਾ ਲੱਗਦਾ। ਹੋਰ ਨਹੀਂ ਕੁਛ ਚੰਗਾ ਲੱਗਦਾ? ਹੋਰ ਤਾਂ ਕੀ ਚੰਗਾ ਲੱਗਣਾ, ਵੇਖੋ ਹੁਣ ਗਾਹਾਂ ਮਾਹੌਲ ਕੀ ਬਣੂਗਾ। ਕੰਮ ਕੁੰਮ ਕਰਤੇ ਪਿੰਡ 'ਚ ਪੂਰੇ? ਕੰਮ ਤਾਂ ਇਹ ਸਾਡੇ ਪਾਸ ਤਾਂ ਹੋ ਹੀ ਗਿਆ, ਜੇ ਪਾਣੀ ਚੰਗ ਛੱਡੀ ਰੱਖਦੇ ਅਸੀਂ ਤਾਂ ਦੜੇ ਲਾਇਆ ਉਹਨੇ। ਹਾਂ ਸਾਡੀ ਆਹੀ ਲੋੜ ਸੀ, ਸਾਨੂੰ ਆਹੀ ਪੂਰੀ ਹੋਈ ਜਾਂਦੀ ਹੈ, ਰਾਤ ਨੂੰ ਜਾਣ ਦੀ ਲੋੜ ਨਹੀਂ ਪੈਂਦੀ ਬਸ। ਹੋਰ ਹਾਂ ਹੋਰ ਠੀਕ ਠਾਕ ਹੈ ਜੀ ਸਾਡੇ ਤਾਂ ਵਧੀਆ। ਐਤਕੀ ਫਿਰ ਬਾਪੂ ਲੈ ਜੂ ਹਰਸਿਮਰਤ ਕੌਰ ਬਾਦਲ ਕੇ? ਕੋਈ ਐਂ ਤਾਂ ਮਹਾਰਾਜ ਨੂੰ ਪਤਾ, ਐਂ ਹੁਣ ਕੀ ਪਤਾ ਆਪਾਂ ਨੂੰ ਹਰੇ ਤਾਂ ਕੋਈ। ਤੁਸੀਂ ਕਿੱਧਰ ਪਾਉਣੀ ਵੋਟ? ਮਾਹੌਲ ਦਾ ਹੈ, ਆਪਾਂ ਕਿੱਧਰ ਪਾਵਾਂਗੇ? ਉਹ ਤਾਂ ਮਾਹੌਲ ਵੇਖਾਂਗੇ ਜਿੱਧਰ ਵੋਟ, ਮਾਹੌਲ ਵੇਖਾਂਗੇ ਜਿੱਧਰ ਨੂੰ ਹੋਇਆ ਕੋਈ। ਹੋਰ ਬਾਪੂ ਠੀਕ ਠਾਕ? ਠੀਕ ਠਾਕ ਜੀ, ਵਧੀਆ। ਕੀ ਲੱਗਦਾ ਮਾਹੌਲ ਵੋਟਾਂ ਦਾ ਐਤਕੀ? ਮਾਹੌਲ ਤਾਂ ਮੌਕੇ 'ਤੇ ਪਤਾ ਲੱਗੂ ਅੱਗੇ ਕੋਈ। ਅੱਛਾ ਕਿਉਂ, ਕੰਮ ਕੁੰਮ ਹੋਏ ਪਿੰਡ 'ਚ ਕੋਈ? ਨਹੀਂ ਕੰਮ ਜਿੰਨੇ ਹੋਏ ਵੀ ਹੈ ਅਤੇ ਨਹੀਂ ਵੀ ਹਜੇ। ਸਰਕਾਰ 2 ਸਾਲ ਹੋ ਗਏ ਬਣੀ ਨੂੰ, ਪਤਾ ਲੱਗ ਗਿਆ ਹੁਣ ਲਾ ਲਓ ਵੀ ਮੇਰੇ ਭਾਅ ਤਾਂ ਹੋਏ ਹੀ ਨਹੀਂ, ਵੀ ਤਾਂ ਮੇਰਾ ਨਾਲਾ ਕੈ ਸਾਲ ਹੋ ਗਏ ਤਾਂ ਤਿੰਨ ਪਾਰਟੀਆਂ ਆ ਗਈਆਂ, ਪਹਿਲਾਂ ਅਕਾਲੀ ਦਲ ਵੀ ਸੀ ਸਾਰੇ ਸੀ ਅਤੇ ਮੇਰੇ ਭਾਅ ਤਾਂ ਹੋਏ ਨਹੀਂ, ਸਾਰੇ ਪਿੰਡ 'ਚ ਇੰਨੀ ਭਾਅ ਆ ਮੇਰਾ ਗਵਾਂਢੀ ਬੈਠਾ ਸਾਰਿਆਂ ਕੋਲ ਜਾਏ ਅਸੀਂ ਵੀ ਸਾਡਾ ਨਾਲਾ ਬਣਾ ਲਿਆ, ਅਸੀਂ ਪਿੰਡ 'ਚ ਵੱਸਦੇ ਅਜੇ ਨਹੀਂ ਬਣਿਆ। ਉਹ ਕੰਮ ਲਾ ਲਓ ਵੀ ਜਿਹੜੇ ਸਹੀ ਕੀਤਾ ਤਾਂ ਸਹੀ ਵੀ ਕੀਤੇ ਆ, ਜਿਹੜੇ ਨਹੀਂ ਕੀਤੇ ਨਹੀਂ। ਜਿਹੜੀ ਸਲਾਹੁਣ ਵਾਲੀ ਗੱਲ ਹੈਗੀ ਜਿਵੇਂ ਹੁਣ ਲਾਈਟ ਲਾ ਲਓ, ਅੱਗੇ 8 ਘੰਟੇ ਵੀ ਦਿੰਦੇ ਸਾਨੂੰ, ਉਹ ਕੰਮ ਹੈ। ਜਿਵੇਂ ਹੁਣ ਮੈਡੀਕਲ ਸਰਕਾਰੀ ਹਸਪਤਾਲ 'ਚ ਦਵਾਈ ਫ੍ਰੀ ਮਿਲਦੀ ਹੈ, ਉਹ ਕੰਮ ਸਹੀ ਹੈ। ਤੁਸੀਂ ਆਪਦੇ MLA ਨੂੰ ਕਿਹਾ ਮੇਰਾ ਕੰਮ ਨਹੀਂ ਹੋਇਆ? ਨਹੀਂ ਆਪਾਂ ਨਾ ਤਾਂ ਉਹ ਕਿੱਥੇ ਆਇਆ ਮੁੜ ਕੇ, ਜੇ ਹੁਣ ਆਇਆ ਤਾਂ ਹੁਣ ਆਪਾਂ ਕਹਾਂਗੇ ਵੀ ਜੇ ਹੁਣ ਆਉਣਗੇ, ਹੁਣ ਵੋਟਾਂ ਲੈਣ ਆਉਣੇ ਉਹਦੇ ਆਉਂਦੇ ਪਹਿਲਾਂ ਆਉਂਦੇ ਨਹੀਂ, ਬਿਨਾਂ ਵੋਟਾਂ ਤੋਂ ਨਹੀਂ ਆਉਂਦੇ। ਹਾਂ ਜੇ ਹੁਣ ਪਤਾ ਲੱਗੂ ਹੁਣ ਆਉਣਗੇ, ਹੁਣ ਆਪਾਂ ਕਹਿ ਵੀ ਦੇਵੇ ਭਾਈ ਆ ਨਾਲੇ ਪੂਰੀ ਸਪੋਰਟ ਕਰੀ ਸੀ ਮਿੱਤਰਾਂ ਤੋਂ ਵੀ। ਪਹਿਲਾਂ ਮੈਂ ਸ਼੍ਰੋਮਣੀ ਅਕਾਲੀ ਦਲ 'ਚ ਸੀਗਾ, ਉਸ ਤੋਂ ਬਾਅਦ ਜਦੋਂ ਆ ਬੇਅਦਬੀ ਹੋਈ ਹੈ ਉਸ ਤੋਂ ਬਾਅਦ ਅਸੀਂ ਫਿਰ ਹਾਂ ਮੇਰੀ ਪਾਰਟੀ 'ਚ ਹੋ ਗਈ। ਬਾਅਦ ਕੀ ਲੱਗਦਾ ਬੇਅਦਬੀ ਲੈ ਕੇ ਵੀ ਲੱਗਦਾ ਤੁਹਾਨੂੰ ਵੀ ਵੋਟ ਪਿਆ ਹੀ ਹੋਈ? ਹਾਂ ਹਾਂ ਉਹ ਚੀਜ਼ ਨਾਲ ਬਹੁਤ ਅਸਰ ਪਿਆ ਬੇਅਦਬੀ ਦਾ, ਜੋ ਬੰਦੇ ਫੜੇ ਜਾਂਦੇ ਜਾਂ ਜਿਵੇਂ ਉਹਨਾਂ ਨੇ ਇੰਨਾ ਪਹਿਲਾਂ ਉਹ ਕਹਿਤਾ ਸੀ ਵੀ ਅਸੀਂ ਬੇਅਦਬੀ ਉਹਦੇ ਪੱਤਰੇ ਖਿਲਾਫ ਕਹਿਤਾ ਸੀ, ਉਦੋਂ ਜੇ ਉਹਦੀ ਉਹ ਕਰ ਦਿੰਦੇ ਬੇਅਦਬੀ ਦਾ ਫਰਕ ਪਿਆ ਜੀ, ਉਹ ਚੀਜ਼ ਨਾਲ ਬਹੁਤ ਫਰਕ ਪਿਆ। ਊਂ ਕੀ ਲੱਗਦਾ ਕਿ ਬਠਿੰਡੇ ਤੋਂ ਕੌਣ ਜਿੱਤੂਗਾ? ਨਹੀਂ ਹੁਣ ਦੁਨੀਆ ਸਿਆਣੀ ਹੋ ਗਈ ਜੀ, ਹੁਣ ਤਾਂ ਮੌਕੇ 'ਤੇ ਪਤਾ ਲੱਗਦਾ, ਪਹਿਲਾਂ ਵਾਲਾ ਕੰਮ ਹੈ ਨਹੀਂ ਹੁਣ। ਹਾਂ ਹੁਣ ਤਾਂ ਮੌਕੇ ਗਿਣਤੀ ਵੇਲੇ ਪਤਾ ਲੱਗਦਾ ਵੀ ਹਾਂ ਕੰਮ ਕੁੱਲ ਮਿਲਾ ਕੇ ਠੀਕ ਵੀ ਕੀਤੇ ਆ, ਨਾ ਬਸ ਜਿਵੇਂ ਚਿੱਟੇ ਦਾ ਹੈਗਾ ਉਹ ਸਾਰਾ ਚਿੱਟਾ ਹੌਲੀ ਹੌਲੀ ਠੀਕ ਰੋਕ ਵੀ ਦੇਣ, ਚਿੱਟੇ ਦਾ ਬਹੁਤ ਪ੍ਰਭਾਵ ਹੈ ਪਿੰਡਾਂ 'ਚ, ਉਹ ਚੀਜ਼ ਤੋਂ ਲੋਕ ਥੋੜ੍ਹੇ ਇਹਨਾਂ 'ਤੇ ਨਾਰਾਜ਼ ਵੀ। ਨਸ਼ਾ ਬੰਦ ਨਹੀਂ ਹੋਇਆ ਸਰਕਾਰ ਕਹਿੰਦੀ ਬੰਦ ਕਰਤਾ? ਨਹੀਂ ਹੋਇਆ, ਸਾਡੇ ਪਿੰਡ ਕਮੇਟੀ ਵੀ ਬਣ ਗਈ ਸੀ ਨਸ਼ਾ ਰੋਕੂ ਦੀ, ਉਹਦੇ 'ਚ ਵੀ ਫਿਰ ਜਦੋਂ ਪੂਰਾ ਸਾਥ ਨਾ ਮਿਲਿਆ ਉਹ ਜਿਹੜੇ ਕਮੇਟੀ ਸੀਗੀ ਉਹਨਾਂ ਦੀ ਕੁੱਟਮਾਰ ਕਰਨ ਲੱਗ ਗਈ, ਫਿਰ ਬੰਦ ਕਰਨੀ ਜੇ ਸਰਕਾਰ ਹੀ ਰੋਕੇ ਤਾਂ ਫਿਰ ਹੀ ਰੁਕੂਗਾ, ਬਥੇਰੇ ਸਾਰੇ ਰਾਹਾਂ 'ਤੇ ਨਾਕੇ ਲਾਈ ਸੀ, ਉਹ ਚੀਜ਼ ਨਾਲ ਬਹੁਤ ਨੌਜਵਾਨੀ 'ਤੇ ਫਰਕ ਪਈ ਜਾਂਦਾ ਹੈਗਾ, ਉਹ ਚੀਜ਼ ਦਾ ਰੋਸ ਆ ਲੋਕਾਂ ਨੂੰ ਜਿਹੜਾ ਚਿੱਟਾ। ਹੋਰ ਬਾਪੂ ਠੀਕ ਠਾਕ? ਵਧੀਆ ਜੀ। ਕੀ ਮਾਹੌਲ ਮੂਹਰਾ ਵੋਟਾਂ ਦਾ ਬਠਿੰਡੇ ਤੋਂ ਐਤਕੀ? ਮੈਂ ਤਾਂ ਜਾਂਦਾ ਹੀ ਨਹੀਂ ਜੀ, ਬਠਿੰਡੇ ਨਹੀਂ ਕਿਤੇ ਗਿਆ, ਇੱਥੇ ਨਹੀਂ ਗਿਆ। ਵੋਟਾਂ ਤਾਂ ਪਾਉਣੇ ਆ ਬਾਪੂ, ਵੋਟਾਂ ਇੱਕ ਵੋਟ ਆ ਉਹਦਾ ਨੱਪ ਲੈ ਕਿੱਲੀ ਕਿਸੇ ਨਾ ਕਿਸੇ ਨੂੰ। ਕਿੱਧਰ ਕਿੱਧਰ
ਆਮ ਨੂੰ ਪਾ ਦਾਂਗੇ ਫਿਰ ਕੰਮ ਕੁੰਮ ਵਧੀਆ ਕੀਤੇ ਕੰਮ ਆਪਾਂ ਨੂੰ ਵਧੀਆ ਹੀ ਜਿਹੜਾ ਨੌਕਰੀਆਂ ਬਥੇਰੀਆਂ ਦੇ ਦਿੱਤੀਆਂ ਵਿਚਾਰੇ ਨੇ ਪਿੰਡ 'ਚ ਸਾਡੇ 15-20 ਬੰਦਿਆਂ ਨੂੰ ਨੌਕਰੀ ਮਿਲ ਗਈ ਬਾਕੀ ਮੈਰਿਟ 'ਤੇ ਹੁਣ ਦਿੱਤੀ ਹੈ ਵੱਡਿਆਂ ਨੂੰ ਨਹੀਂ ਦਿੱਤੀ ਜੇ ਆਪਾਂ ਅੱਗੇ ਬਹੁਤ ਬੰਦੇ ਹਾਂ ਜਿਹੜੇ ਜਵਾਕ ਕਾਬਲ 'ਚ ਉਹਨਾਂ ਨੂੰ ਇਹ ਕਹਿੰਦੇ ਪਿੰਡਾਂ 'ਚੋਂ ਸੱਥਾਂ 'ਚੋਂ ਸਰਕਾਰ ਚੱਲਿਆ ਕਰੂ ਪਿੰਡਾਂ 'ਚ ਚੱਲਦੀ ਹੈ ਸਰਕਾਰ ਪਿੰਡਾਂ 'ਚ ਤਾਂ ਕਿਹੜੀ ਸਰਕਾਰ ਚੱਲਦੀ ਕਹਿੰਦੇ ਤੁਹਾਨੂੰ ਭਗਵੰਤ ਮਾਨ ਪੰਜਾਬ ਦੇ ਮੁੱਖ ਦੇ ਪਿੰਡਾਂ 'ਚ ਚੱਲਿਆ ਕਰੂ ਤੁਹਾਨੂੰ ਕਚਹਿਰੀਆਂ 'ਚ ਜਾਣ ਦੀ ਲੋੜ ਨਹੀਂ ਚੱਲੇ ਕਰੇ ਫਿਰ ਟਾਈਮ ਥੋੜ੍ਹਾ ਹੋਇਆ 2 ਸਾਲ ਹੋ ਗਏ ਦੋ ਸਾਲ ਹੋ ਰਹੇ ਮਗਰੋਂ ਹੀ ਕਰਦੇ ਹੁੰਦੇ ਨੇ ਪਹਿਲਾਂ ਨਹੀਂ ਕਰਦੇ ਪਹਿਲਾਂ ਨਹੀਂ ਕੋਈ ਵੀ ਨਹੀਂ ਕਰਦਾ ਪਹਿਲਾਂ ਮਗਰੋਂ ਕਰਦੇ ਸਾਲ ਕਰੇ ਹੀ ਉਹਨੂੰ ਜਗਦੇ ਮੰਤਰ ਅੱਛਾ ਨਸ਼ਾ ਨੁਸ਼ਾ ਬੰਦ ਹੋ ਗਿਆ ਪਿੰਡ 'ਚੋਂ ਨਸ਼ਾ ਵਾਧੂ ਅੱਛਾ ਨਸ਼ਾ ਤਾਂ 2-3 ਮਹੀਨੇ ਅਸੀਂ ਵੀ ਜ਼ੋਰ ਲਾ ਲਾ ਸੱਕ ਗਏ ਆ ਪੁੱਛੋਗੇ ਨਾ ਫਿਰ ਸਰਕਾਰ ਨੂੰ ਜਦੋਂ ਹੁਣ ਆਏ ਭਾਈ ਨਸ਼ਾ ਤਾਂ ਬੰਦ ਨਹੀਂ ਤੁਸੀਂ ਕਹਿੰਦੇ ਨਸ਼ਾ ਬੰਦ ਕਰ ਸਰਕਾਰ ਦਾ ਆਈ ਨਹੀਂ ਪਤਾ ਵੀ ਰਹਿੰਦੀ ਕਿੱਥੇ ਹੈ ਇਹ ਤਾਂ ਹੁਣ ਐਂ ਪਤਾ ਵੀ ਰਹਿੰਦੀ ਕਿੱਥੇ ਹੈ ਇਹ ਤਾਂ ਪੁੱਛ ਲਈ ਇਹ ਤਾਂ ਵੋਟਾਂ ਵਾਲੇ ਜਾਂਦੇ ਆ ਬਸ ਕਹਿੰਦਾ ਹੁਣ ਲੈ ਦੇਣਗੇ ਨੇਰੀਆਂ ਉਦੋਂ ਬਾਅਦ ਕੋਈ ਨਹੀਂ ਆਉਂਦਾ ਕਿੱਥੇ ਕਿਸੇ ਦਾ ਵੀ ਬੇਸ਼ੱਕ ਅਕਾਲੀ ਹੈ ਕਾਂਗਰਸ ਹੈ ਉਹ ਛੱਡ ਜਾਂਦੇ ਤੁਹਾਡਾ ਐਮ ਐਲ ਏ ਨੇ ਮੋਹ ਛੱਡਤਾ ਛੱਡਿਆ ਹੀ ਸਾਡਾ ਤਾਂ ਪਹਿਲਾਂ ਬਥੇਰਾ ਤੋਲਦੇ ਰਹੇ ਹਾਂ ਇੱਥੇ ਹੁਣ ਨਹੀਂ ਕਿਸੇ ਨੇ ਪੁੱਛਿਆ ਮੇਰਾ ਸੁਣਿਆ 2 ਵਾਰੀ ਹੋ ਗਈ ਪਹਿਲਾਂ ਬੀਬੀ ਰੂਬੀ ਨੂੰ ਪਾਈਆਂ ਸੀ ਵੋਟਾਂ ਰੂਬੀ ਨੂੰ ਬਥੇਰੇ ਨੋਟਾਂ ਨਾਲ ਜੋਖੇ ਅੱਛਾ ਉਹਨੇ ਵੀ ਝੰਡੀ ਚੜ੍ਹਾ ਤੀ ਸ਼ੇਰ ਨੂੰ ਪੁੱਛ ਕੇ ਨਹੀਂ ਗਏ ਉੱਥੋਂ ਨਾ ਪਹਿਲਾਂ ਤਾਂ ਚਾਹ ਆਪ ਆ ਕੇ ਕਰਦੀ ਸੀ ਘਰੇ ਅੱਛਾ ਹਾਂ ਵੋਟਾਂ ਮੰਗਣ ਆਈ ਸੀ ਆਪ ਚਾਹ ਕਰੀ ਆ ਸਾਡੀ ਰਸੋਈ 'ਚੋਂ ਰੂਬੀ ਨੇ ਹਾਂ ਅੱਛਾ ਉਦੋਂ ਬਾਅਦ ਜਦੋਂ ਜਿੱਤ ਗਏ ਫੇਰ ਤਾਂ ਕਿੱਥੇ ਅੱਛਾ ਫੇਰ ਨਹੀਂ ਕਰਨਾ ਚਾ ਫੇਰ ਤਾਂ ਬਸ ਅੱਖ ਨੇ ਸਮਾਂ ਹੀ ਹੈ ਹੁਣ ਕਿੱਥੇ ਸਮਾਂ ਇਹਨਾਂ ਨੇ ਇਹ ਦੇਖੋ ਹੁਣ ਕੀ ਕਰਨਗੇ ਵਿਚਾਰੇ ਨਹੀਂ ਅਮਿਤ ਰਤਨ ਨੇ ਨਹੀਂ ਚਾਹ ਪੀ ਨਾ 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 ਹਾਂ ਉਹ ਨਹੀਂ ਆ ਆਪਣੇ ਕੋਲ ਉਹਨੂੰ ਵੀ ਪਿਆਉਣੀ ਸੀ ਵਿਚਾਰੇ ਨੂੰ ਫਿਰ ਆਏ ਹੀ ਨਹੀਂ ਜਦੋਂ ਅੱਗੇ ਹੁਣ ਆਈ ਚਾਹ ਲੈ ਕੇ ਉੱਥੇ ਕਿੱਦਾਂ ਤੁਰੇ ਫਿਰ ਗਏ ਚੰਡੀਗੜ੍ਹ ਦੱਸ ਦਿਓ ਉਹਦਾ ਵੀ ਚੰਡੀਗੜ੍ਹ ਰਹਿੰਦਾ ਅੱਛਾ ਚੰਡੀਗੜ੍ਹ ਅਸੀਂ ਊਂ ਨਹੀਂ ਗਏ ਕਦੇ ਹੁਣ ਆਉਣਗੀਆਂ ਵੋਟਾਂ ਕਰਕੇ ਆ ਜਾਣਗੇ ਸਾਰੇ ਆਉਣ ਆਉਣਗੇ ਹੁਣ ਚੱਕਣਗੇ ਮੰਤਰ ਅੱਛਾ ਨਾਲੇ ਤੁਹਾਨੂੰ ਪਤਾ ਲੱਗ ਜੂ ਸਰਕਾਰ ਕੇ ਪੁੱਛ ਲਈ ਨਾ ਵੀ ਭਾਈ ਸਰਕਾਰ ਕਿੱਥੇ ਰਹਿੰਦੀ ਹੈ ਨੇੜੇ ਹੀ ਨਹੀਂ ਲੱਗਣ ਦਾ ਗੁਰੂ ਕੋਈ ਕਿੱਲੇ ਕਿੱਲੇ ਤੇ ਪੁਲਿਸ ਵਾਲੇ ਦੱਬੀ ਫਿਰਦੇ ਨੇ ਸਾਨੂੰ ਤਾਂ ਪਿੱਛੇ ਇੱਧਰ ਉਹ ਉੱਤੇ ਚੜ੍ਹੀ ਜਾਂਦੇ ਹੋ ਅੱਛਾ ਹੁਣ ਤਾਂ ਹੱਥ ਮਿਲਾਉਣਗੇ ਆ ਕੇ ਮਿਲਾਉਣਗੇ ਬਸ 10 ਕਦਿਨ ਮਿਲਾਉਣਗੇ ਹੁਣ ਜਿਵੇਂ ਬਾਪੂ ਨੇ ਦੇਖਿਆ ਚੁੰਨੀਆਂ ਪਟਾਈਆਂ ਕਹਿੰਦਾ ਹੁਣ ਤਾਂ ਬੰਦੀ ਪੱਗਾਂ ਵੀ ਪਟਾਉਣਗੇ ਪਟਾ ਲੈਣਗੇ ਹੁਣ ਤਾਂ ਸਾਰਾ ਕੁਛ ਕਰ ਲੈਣਗੇ